ਤਿੰਨ ਭੈਣ ਭਰਾ ਸੀਗੇ ਤੇ ਉਦੋਂ ਡੈਡੀ ਨੇ ਕਿਸੇ ਤੋਂ ਕਰਜ਼ਾ ਲਿਆ ਹੋਇਆ ਸੀ ਆਈ ਮੀਨ ਬਹੁਤ ਜ਼ਿਆਦਾ ਕਰਜ਼ਾ ਸੀਗਾ ਉਹਨਾਂ ਨੇ ਮਤਲਬ ਕਰਜ਼ਾ ਜਦੋਂ ਮੰਗਦੀ ਸੀਗੀ ਤੇ ਦੀਵਾਲੀ ਦਾ ਟਾਈਮ ਸੀ ਉਦੋਂ ਬੰਦੇ ਨੇ ਕੁਝ ਇਹ ਜਾਂ ਗਲਤ ਬੋਲਿਆ ਸੀ ਕਿ ਬਈ ਕੁੜੀ ਵਾਰੇ ਬੋਲਿਆ ਸੀ ਤੇ ਕੋਈ ਵੀ ਫਾਦਰ ਸਾਹਿਬ ਆਪਣੀ ਕੁੜੀ ਵਾਰੇ ਬਰਦਾਸ਼ਤ ਨਹੀਂ ਕਰ ਸਕਦਾ ਥੋੜੇ ਬਾਰੇ ਕੁਝ ਉਹਨਾਂ ਨੇ ਗਲਤ ਬੋਲ ਦਿੱਤਾ ਸੀ ਹਾਂਜੀ ਡੈਡੀ ਨੂੰ ਬਰਦਾਸ਼ਤ ਨਹੀਂ ਹੋਇਆ ਸੀ ਤੇ ਦੀਵਾਲੀ ਵਾਲੇ ਦਿਨ ਪਾਪਾ ਨੇ ਸੁਸਾਇਡ ਕਰ ਲਿਆ ਸੀ ਪਰ ਜਿਹੜਾ ਟੈਂਕੀ ਚਾਟਾ ਹੁੰਦਾ ਉਹਨਾਂ ਨੇ ਸਾਡੇ ਉਹ ਵੀ ਨਹੀਂ ਸੀ ਤੇ ਫਿਰ ਮੰਮੀ ਸਾਡੇ ਕਰਕੇ ਵੀ ਚਲੋ ਜਵਾਕਾ ਨੂੰ ਰੋਟੀ ਹੋਜੂਗੀ ਤੇ ਕਿਸੇ ਦੇ ਘਰੇ ਕੰਮ ਲੱਗ ਗਏ ਸੀ ਤੇ ਅਸੀਂ ਵੀ जाट ਸੀ ਤੇ ਉਹ ਵੀ जाट ਸੀ ਮੰਮੀ ਉਹਨਾਂ ਦੇ ਘਰੇ ਕੰਮ ਲੱਗ ਗਈ ਸੀ ਤੇ ਲੇਕਿਨ ਮੰਮਾ ਐਨੇ ਬਿਮਾਰ ਹੁੰਦੇ ਸੀ ਮੈਂ ਜਾ ਕੇ ਦੇਖਦੀ ਹੁੰਦੀ ਤੇ ਮੰਮਾ ਕਈ ਵਾਰੀ ਫਲੋਰ ਤੇ ਡਿੱਗੇ ਹੁੰਦੇ ਸੀ ਸਿਰਫ ਬਿਮਾਰੀ ਕਰਕੇ ਮਤਲਬ ਉਹਨਾਂ ਤੋਂ ਕੰਮ ਨਹੀਂ ਹੁੰਦਾ ਸੀ ਲੇਕਿਨ ਐਂ ਸੀ ਵੀ ਜਵਾਕਾ ਦਾ ਢਿੱਡ ਭਰਨਾ ਕਿਵੇਂ ਨਾ ਕਿਵੇਂ ਕਰੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਆਹ ਕੰਮ ਕਰਨਾਗਾ ਤੇ ਉਹ ਮੈਨੂੰ ਕਹਿੰਦੇ ਬੇਟਾ ਤੂੰ ਵੀ ਬਹੁਤ ਛੋਟੀ ਐ ਇਹ ਲਾਈਨ ਮਤਲਬ ਚੂਜ਼ ਕਰ ਤੂੰ ਤੇ ਮੈਂ ਕਿਹਾ ਸਰ ਕੁਛ ਵੀ ਕਰੋ ਬਸ ਮੈਂ ਆਹ ਚੂਜ਼ ਕਰਨਾ ਤੇ ਸੀਰੀਅਸਲੀ ਉਦੋਂ ਨਾ ਮੈਨੂੰ ਐ ਵੀ ਨਹੀਂ ਪਤਾ ਸੀ ਬਈ ਪੱਬ ਕਿਵੇਂ ਚੱਕਦੇ ਹੁੰਦੇ ਕਿਸੇ ਨੇ ਮੈਨੂੰ ਦੇਖ ਲਿਆ ਸੀ ਨਾਲੇ ਜਾਗਰਣ ਇੱਕ ਧਾਰਮਿਕ ਸਥਾਨ ਹੁੰਦਾ ਉੱਥੇ ਗਲਤ ਨਹੀਂ ਹੁੰਦਾ ਠੀਕ ਐ ਤੇ ਉੱਥੇ ਕਿਸੇ ਨੇ ਦੇਖ ਲਿਆ ਮੇਰੀ ਫੈਮਲੀ ਚ ਮੈਨੂੰ ਉਹਨਾਂ ਨੇ ਮੰਮੀ ਨੂੰ ਫੋਨ ਕੀਤਾ ਬਈ ਤੁਸੀਂ ਬੇਇੱਜ਼ਤੀ ਕਰਾਈ ਜਾਂਦੇ ਹੋ ਜੱਟਾ ਦੀ ਕੁੜੀ ਹੋ ਕੇ ਆ ਕੁਛ ਕਰਦੀ ਆ ਉਦੋਂ ਮਤਲਬ ਜਿਵੇਂ ਪੰਚਾਇਤ ਜੀ ਬਿਠਾ ਲੈਂਦੇ ਆ ਅੱਛਾ ਉਦਾਂ ਮਤਲਬ ਫੈਮਲੀ ਚ ਸਾਰੇ ਬਿਠਾ ਲੇ ਮੈਨੂੰ ਵੀ ਮਤਲਬ ਕਿ ਇਹ ਮੇਰੀ ਸਿਸਟਰ ਸੀ ਸਿਸਟਰ ਤਾਂ ਘਰ ਕੀ ਕਹਿਣਾ ਮਤਲਬ ਮਨ ਵੀ ਨਹੀਂ ਕਰਦਾ ਕਹਿਣ ਦਾ ਤੇ ਉਹਨਾਂ ਨੇ ਮੈਨੂੰ ਕੁੱਟਿਆ ਅੱਛਾ ਮਤਲਬ ਮੇਰੀ ਹੀ ਸਿਸਟਰ ਨੇ ਤੇ ਉਦੋਂ ਅਸੀਂ ਨਹੀਂ ਬੋਲ ਸਕਦੇ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਬਈ ਜਦੋਂ ਹੱਥ 'ਚ ਕੁਝ ਹੁੰਦਾ ਨਹੀਂ ਉਦੋਂ ਭਾਵੇਂ ਕੋਈ ਕੁਝ ਗਲਤ ਬੋਲੇ ਜਾਂ ਫਿਰ ਕੋਈ ਮਾਰੇ ਕੁੱਟੇ ਨਹੀਂ ਬੋਲ ਸਕਦੇ ਤੇ ਉਹਦਾ ਮੰਮੀ ਉਦੋਂ ਮੰਮੀ ਨੂੰ ਵੀ ਬਹੁਤ ਕੁਝ ਬੋਲਿਆ ਸੀ ਉਹਨਾਂ ਨੇ ਕਿ ਬਈ ਤੂੰ ਸਾਡੀ ਇੱਜ਼ਤ ਰੋਲ ਕੇ ਰੱਖਤੀ ਐ ਏਦਾਂ ਕਰਤਾ ਜੋ ਕਿ ਸੀਰੀਅਸਲੀ ਉੱਥੇ ਮਤਲਬ ਕਿ ਜਿਹੜੇ ਜਿਨ੍ਹਾਂ ਦੇ ਘਰੇ ਮੈਂ ਜਾਗਣ 'ਚ ਗਈ ਹੋਈ ਸੀ ਨਾ ਉਹਨਾਂ ਨੇ ਲੇਡੀਜ਼ਾਂ ਨੇ ਵੀ ਰਿਕੁਐਸਟ ਕੀਤੀ ਕਿ ਬਈ ਸਾਡੀ ਕੁੜੀ ਵਰਗੀ ਆ ਇਹ ਕੀ ਕੁਝ ਗਲਤ ਕਰੋਗੀ ਉੱਥੇ ਨਾਲੇ ਤੁਸੀਂ ਐਂ ਤਾਂ ਦੇਖ ਲਓ ਬਈ ਛੋਟੀ ਜਿਹਾ ਕੁੜੀ ਆ ਇਹ ਕੰਮ ਕਰਨ ਆਈ ਆ ਤੇ ਕਿਸੇ ਨੇ ਨਹੀਂ ਸੁਣੀ ਸੀ ਮੰਮੀ ਦੀ ਤੇ ਉਦੋਂ ਮੰਮੀ ਨੇ ਮੰਮੀ ਨੂੰ ਪਤਾ ਸੀ ਵੀ ਮੇਰੀ ਧੀ ਠੀਕ ਆ ਕਿਤੇ ਗਲਤ ਨਹੀਂ ਹੋ ਸਕਦੀ ਮੰਮੀ ਉਹ ਬੰਦੇ ਕਹਿੰਦੇ ਬਈ ਮਤਲਬ ਜਿਹੜੇ ਫੈਮਿਲੀ ਵਾਲੇ ਸੀ ਬਈ ਤੂੰ ਤੇ ਤੇਰੀ ਕੁੜੀ ਸਾਡੇ ਤੋਂ ਮਾਫੀ ਮੰਗੋ ਆ ਕੇ ਮੰਮੀ ਨੂੰ ਕਹਿਤਾ ਵੀ ਜੇ ਮਾਫੀ ਮੰਗੋਗੇ ਤਾਂ ਆਪਣਾ ਰਿਲੇਸ਼ਨ ਅੱਗੇ ਰਹੂਗਾ ਨਹੀਂ ਤਾਂ ਨਹੀਂ ਰਹਿੰਦਾ ਮੰਮੀ ਨੇ ਉਹਦਾ ਕਹਿਤਾ ਸੀ ਬਈ ਮਾਫੀ ਨਹੀਂ ਮੈਂ ਕਿਸੇ ਵੀ ਨਾ ਮੇਰੀ ਨਾ ਮੇਰੀ ਕੁੜੀ ਮਾਫੀ ਮੰਗੂਗੀ ਨਾ ਮੈਂ ਮਾਫੀ ਮੰਗੂਗੀ ਤੇ ਉਹਨਾਂ ਨੇ ਰਿਲੇਸ਼ਨ ਤੋੜ ਦਿੱਤਾ ਤੁਸੀਂ ਐਂ ਦੇਖੋ ਉਦੋਂ ਜਦੋਂ ਡੈਡੀ ਦੀ ਡੈਥ ਹੋਈ ਸੀ ਨਾ ਉਦੋਂ ਮੇਰਾ ਰਿਸ਼ਤਾ ਕਰਤਾ ਸੀ ਛੋਟੀ ਜੀ ਦਾ ਮਤਲਬ ਦੇਖ ਲਓ ਤੁਸੀਂ 13 ਤੋਂ 10 ਸਾਲਾਂ ਦਾ ਜਵਾਕੀ ਹੁੰਦਾ ਕੀ ਹੁੰਦਾ ਕੀ ਕੁੜੀ ਹੁੰਦੀ ਆ ਤੇ ਉਦੋਂ ਰਿਸ਼ਤਾ ਕਰਤਾ ਮੇਰਾ ਤੇ ਮਮਾ ਉਦੋਂ ਮਜਬੂਰ ਸੀ ਨਹੀਂ ਬੋਲ ਪਾਇਆ ਕਿ ਭਈ ਮੈਂ ਹਜੇ ਰਿਸ਼ਤਾ ਨਹੀਂ ਕਰਨਾ ਲੇਕਿਨ ਕੁਝ ਟਾਈਮ ਬਾਅਦ ਮੰਮੀ ਨੇ ਸੋਚਿਆ ਕਿ ਕਿਉਂਕਿ ਸਾਰੇ ਮੰਮੀ ਨੂੰ ਐਂ ਕਹਿੰਦੇ ਹੁੰਦੇ ਸੀ ਕੁੜੀ ਭੱਜ ਜੂਗੀ ਮਤਲਬ ਕਿ ਤੇਰਾ ਡੈਡੀ ਨਹੀਂ ਹੈਗਾ ਇਹਦਾ ਕਿਵੇਂ ਕੋਣ ਸੰਭੂਗਾ ਤੇਰ ਤੋਂ ਕੁੜੀ ਸੰਭੀ ਨਹੀਂ ਜਾਣੀ ਤੂੰ ਕੁਝ ਗਲਤ ਹੋ ਜਾਏਗਾ ਤੇ ਫਿਰ ਇਹਨਾਂ ਮਤਲਬ ਕਿ ਮੰਮੀ ਨੇ ਜਵਾਬ ਦੇਣਾ ਸਿੱਖ ਲਿਆ ਸੀ ਹਮ ਕਿ ਬਈ ਦੇਖੋ ਜੇ ਕੁਝ ਗਲਤ ਹੋਊਗਾ ਤਾਂ ਮੇਰੀ ਕੁੜੀ ਨਾਲ ਹੋਊਗਾ ਦੁਖੀ ਹੋਊਂਗੇ ਨਾ ਦੱਕ ਮੈਂ ਦੁਖੀ ਹੋਊਂਗੀ ਤੇ ਉਦੋਂ ਮੰਮੀ ਨੇ ਜਵਾਬ ਦਿੱਤਾ ਬਈ ਮੈਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਾਂਗੀ ਨੀਤਾ ਜੇ ਅੱਜ ਮੇਰਾ ਵਿਆਹ ਹੁੰਦਾ ਤਾਂ ਨਾ ਕੋਈ ਫੈਮਿਲੀ ਕੁਝ ਹੋਣਾ ਸੀ ਨਾ ਮੇਰੇ ਕੋਲ ਕੁਝ ਹੋਣਾ ਸੀ ਅੱਜ ਤੱਕ ਵੀ ਮੈਂ ਜਿਹੜੀ ਵੀ ਮੈਨੂੰ ਪੇਮੈਂਟ ਮਿਲਦੀ ਹੈ ਜੋ ਵੀ ਆਈ ਮੀਨ ਮੈਂ ਇਨਾਮ ਵਗੈਰਾ ਕੁਝ ਵੀ ਮਿਲਦਾ ਮੈਂ ਹਮੇਸ਼ਾ ਮੰਮੀ ਦੇ ਹੱਥ ਤੇ ਰੱਖਦੀ ਹੁੰਦੀ ਆ ਭਾਵੇਂ 5 ਰੁਪਏ ਨੇ ਭਾਵੇਂ 5000 ਨੇ ਮਤਲਬ ਜ਼ਿੰਦਗੀ ਚ ਮੈਂ ਕਦੇ 1 ਰੁਪਿਆ ਨਹੀਂ ਰੱਖਿਆ ਕਿ ਬਈ ਮਤਲਬ ਮੈਂ ਆਪਣੇ ਖਰਚੇ ਲਈ ਪੈਸਾ ਰੱਖਣਾ ਕਦੇ ਵੀ ਨਹੀਂ ਸਭ ਤੋਂ ਮੇਨ ਗੱਲਾ ਨਾ ਕਿ ਖਰਚ ਜੇ ਆਪਣਾ ਪੁੱਤ ਬਿਮਾਰ ਹੋਵੇ ਨਾ ਮਾਦਾ ਕਿਵੇਂ ਮਨੋਖਾ ਰਹਿਣਾ ਤੇ ਉਦਾਂ ਹੀ ਮੇਰਾ ਰਹਿੰਦਾ ਸ਼ਾਮ ਨੂੰ ਨੇ ਮੈਨੂੰ ਆਕੇ ਦੱਸਣਾ ਵੀ ਫਲਾਨੇ ਮੁੰਡੇ ਨੇ ਮੈਨੂੰ ਆ ਜਾ ਨੰਬਰ ਦਿੱਤਾ ਹਨਾ ਫਲਾਨੇ ਨੇ ਮੈਨੂੰ ਆ ਆਫਰ ਲਾਈ ਫਲਾਨੇ ਨੇ ਮੈਨੂੰ ਇਦਾਂ ਕਿਹਾ ਉਦੋਂ ਮੈਂ ਇਹਨੂੰ ਕਹਿਨ ਲੱਗਾ ਵੀ ਤੂੰ ਡਰਨਾ ਕੋਈ ਗੱਲ ਨਹੀਂ ਲੋਕਾਂ ਦਾ ਕੀ ਹੈ ਲੋਕ ਤਾਂ ਭੌਂਕਦੇ ਨੇ ਛੱਡ ਤੂੰ ਇਗਨੋਰ ਕਰਿਆ ਕਰ ਵੀ ਤਨੋਂ ਜ਼ਬਰਦਸਤੀ ਤੈਨੂੰ ਕੁਝ ਕਰਨ ਲੱਗੇ ਵੀ 2 2.5 ਘੰਟਿਆਂ ਦਾ ਕੰਮ ਆਉਂਦਾ ਤੂੰ ਕੱਢ ਕੇ ਆਪਦਾ ਪਾਰਕ ਰਹਿ ਕਰ ਇਹਨੂੰ ਮੈਂ ਸਾਈਨ ਕਰਾਇਆ ਤੇ ਇਹ ਰੋਂਦੀ ਵੀ ਰੋਂ ਲੱਗ ਜਾਂਦੀ ਮੈਨੂੰ ਇਦਾਂ ਕੁਝ ਕਹਿੰਦੇ ਸੀ ਇਦਾਂ ਕਹਿੰਦੇ ਸੀ ਨਾ ਕਿ ਭਈ ਮਤਲਬ ਕਿ ਲੋਕ ਨੀਚੇ ਤੋਂ ਕੁਝ ਮੁੰਡੇ ਇਦਾਂ ਦੇ ਹੁੰਦੇ ਜੋ ਗਲਤ ਕਮੈਂਟਿੰਗ ਕਰਦੇ ਆ ਤੇ ਉਦੋਂ ਮਤਲਬ ਕਿ ਇੰਨਾ ਗੰਦਾ ਫੀਲ ਹੁੰਦਾ ਨਾ ਕਿ ਜੇ ਕੋਈ ਨਾਰਮਲ ਕੁੜੀ ਹੋਵੇ ਜੇ ਇਦਾਂ ਉਹ ਮਤਲਬ ਉਹਨੂੰ ਕਿਸੇ ਕੁੜੀ ਨੂੰ ਗਲਤ ਕਮੈਂਟ ਕਰਦੇ ਨੂੰ ਤਾਂ ਉਹ ਕੁੜੀ ਜਵਾਬ ਦਿੰਦੀ ਆ ਉਹਦਾ ਖੜ ਕੇ ਕਿ ਵੀ ਤੇਰੀ ਹਿੰਮਤ ਕਿਵੇਂ ਹੋ ਜਾਂਦਾ ਬੋਲਣ ਦੀ ਤੇ ਅਸੀਂ ਉੱਥੇ ਮਜਬੂਰ ਹੋ ਜਾਂਦੇ ਆ ਕਿ ਵੀ ਜੇ ਬੋਲੇ ਤਾਂ ਪੇਮੈਂਟ ਮਰੂਗੀ ਤੇ ਪੇਮੈਂਟ ਮਰੂਗੀ ਤੇ ਸਾਡਾ ਕੀ ਬਣੂਗਾ ਮਤਲਬ ਕਿ ਫਿਰ ਸਾਰਾ ਕੁਝ ਹੀ ਅਲਦਾ ਹੋ ਜਾਂਦਾ ਬਈ ਉਹਦੇ ਕਰਕੇ ਫਿਰ ਸਾਈਨ ਕਰਨਾ ਪੈਂਦਾ ਲੇਕਿਨ ਉਦੋਂ ਹੁੰਦਾ ਸੀ ਮੈਂ ਕਹ ਬੀਤ ਤੇ ਬਸ ਨਹੀਂ ਹੁੰਦਾ ਹੁਣ ਸਾਈਨ ਤੇ ਇੱਕ ਅੱਧੀ ਵਾਰ ਜਦੋਂ ਪੇਮੈਂਟ ਕੋਈ ਦੱਬ ਲੈਂਦਾ ਸੀ ਪਾਰਟੀ ਵਾਲੇ ਪੇਮੈਂਟ ਦੱਬ ਲੈਂਦੇ ਸੀ ਜਿਵੇਂ ਉਹਨਾਂ ਦੇ ਕਹੇ ਤੋਂ ਨਹੀਂ ਚੱਲਿਆ ਸੀ ਉਹਨਾਂ ਦੇ ਕਹਿਣ ਤੋਂ ਅਸੀਂ ਸਟੇਜ ਤੇ ਨਹੀਂ ਆਏ ਤੇ ਉੱਥੇ ਪੇਮੈਂਟ ਹੀ ਰੋਕ ਲੈਂਦੇ ਸੀ ਕਿ ਬਈ ਅਸੀਂ ਕੁੜੀ ਨੂੰ ਬਾਰ-ਬਾਰ ਬੁਲਾ ਰਹੇ ਸੀ ਆਈ ਨਹੀਂ ਉਹ ਡਰਿੰਕ ਕਰਕੇ ਉਹਨਾਂ ਨੂੰ ਇੱਕ ਜਿਹੜੀ ਲਹਿਜ ਹੀ ਬੰਦ ਜਾਂਦੀ ਆ ਕਿ ਵੀ ਭੇਜੋ ਭੇਜੋ ਕੁੜੀ ਨੂੰ ਤੇ ਉਦੋਂ ਸਾਡਾ ਟਾਈਮਿੰਗ ਵੀ ਨਹੀਂ ਹੁੰਦਾ ਲੇਕਿਨ ਫਿਰ ਵੀ ਬੰਦਾ ਇੱਕ ਜਿੱਦ ਜੀ ਕਰ ਲੈਂਦਾ ਭਈ ਆ ਕੁੜੀ ਨੂੰ ਭੇਜੋ ਤਾਂ ਭੇਜੋ ਕਿਵੇਂ ਵੀ ਕਰਕੇ ਤੇ ਬਸ ਉੱਥੋਂ ਮਨ ਜਾਂ ਬਹੁਤ ਦੁਖੀ ਹੁੰਦਾ ਸੀ ਕਿ ਭਈ ਸਾਡੀ ਵੀ ਤਾਂ ਲਾਈਫ ਆ ਅਸੀਂ ਆਪਣੀ ਲਾਈਫ ਦਾ ਡਿਸੀਜਨ ਆਪ ਨਹੀਂ ਲੈ ਸਕਦੇ ਦੇਖੋ ਲੋਕ ਸਾਨੂੰ ਜੱਜ ਕਰਦੇ ਨੇ ਅਸੀਂ ਦਿੱਲੀ ਤੋਂ 250 ਸਫਰ ਕਲੀਅਰ ਕਰਨਾ ਤਿਆਰ ਕਰਕੇ ਫੰਕਸ਼ਨ ਤੇ ਪਹੁੰਚਣਾ ਜੇ ਕਿਤੇ ਸੋਚਲਾਂ ਦੇ ਵੀ ਯਾਰ ਅੱਜ 500 ਦਾ ਤੇਲ ਮਚੂਗਾ ਮੋਟਰਸਾਈਕਲ ਤੇ ਹਨਾ ਵੀ ਆਪਣਾ ਕਿਰਾਇਆ ਕਿੰਨਾ ਲੱਗਣਾ 100 ਰੁਪਏ ਲੱਗਣਾ ਜਾਂ 150 ਲੱਗਣਾ ਅਸੀਂ ਬਸ ਤੇ ਚੜ ਜਾਂਦੇ ਅਸੀਂ ਪੈਲਸ ਕੋਲੇ ਜਾ ਕੇ ਉਤਰ ਜਾਂਦੇ ਫੰਕਸ਼ਨ ਲਾਉਂਦੇ ਹਨਾ ਮੇਰੇ ਕੋਲ ਉਹ ਸੂਟ ਵੀ ਨਹੀਂ ਹੈਗੇ ਸੀ ਮम्मा ਦੀ ਸੂਟ ਲੈ ਕੇ ਚਲ ਗਈ ਸੀ ਮੈਂ ਜਿਹੜੇ ਘਰ ਵਾਲੇ ਹੁੰਦੇ ਆ ਪਾਉਣ ਵਾਲੇ ਕਿਉਂਕਿ ਕਦੇ ਦੇਖਿਆ ਹੀ ਨਹੀਂ ਸੀ ਭਈ ਇੰਨਾ ਵਧੀਆ ਕੁਝ ਵੀ ਇੰਨਾ ਵਧੀਆ ਕਪੜਾ ਵੀ ਪਾਇਆ ਜਾਂਦਾਗਾ ਤੇ ਉਹਨਾਂ ਨੇ ਸੂਟ ਵਗੈਰਾ ਰਿਜੈਕਟ ਕਰਤੇ ਸੀ ਕਿ ਭਈ ਆਹਾ ਸੂਟ ਨਹੀਂ ਚੱਲਣੇ ਇੱਕ ਦੋ ਕੁੜੀਆਂ ਨੇ ਉਹਨਾਂ ਦੇ ਸੂਟ ਤੁਹਾਨੂੰ ਦਵਾ ਦਿਨਾ ਮੈਂ ਤੇ ਉਹਨਾਂ ਨੇ ਮੈਨੂੰ ਸੂਟ ਦਿਵਾਤੇ ਢਿੱਲੇ-ਮਿੱਲੇ ਜਿਹੇ ਸੂਟ ਸੀ ਤੇ ਉਹੀ ਪਾ ਕੇ ਮੈਂ ਡਾਂਸ ਕਰ ਲਿਆ ਸੀ ਸਸਿਕਾਲ ਤੁਸੀਂ ਦੇਖ ਰਹੇ ਹੋ ਕਹਿੰਦੇ ਪੰਜਾਬੀ ਅੱਜ ਇੱਕ ਐਸੀ ਕੁੜੀ ਦੀ ਐਸੀ ਜੋੜੀ ਦੀ ਕਹਾਣੀ ਦਿਖਾਵਾਂਗੇ ਜਿਹਨੂੰ ਤੁਸੀਂ ਅਕਸਰ ਸਟੇਜਾਂ ਦੇ ਉੱਤੇ ਹੱਸਦੇ ਨੱਚਦੇ ਗਾਉਂਦੇ ਦੇਖਿਆ ਹੋਊਗਾ ਪਰ ਅੱਜ ਉਹਨਾਂ ਦੇ ਪਿੱਛੇ ਦੀ ਕਹਾਣੀ ਦਿਖਾਵਾਂਗੇ ਕਿ ਕੀ ਕੀ ਉਹਨਾਂ ਦੇ ਤੰਤੇ ਬੀਤੀਆਂ ਨੇ ਜਿਹੜਾ ਉਹਨਾਂ ਨੂੰ ਇਹ ਕੀਤਾ ਜਾਂ ਇਹ ਕੰਮ ਅਪਣਾਉਣਾ ਪੈ ਗਿਆ ਅਕਸਰ ਤੁਸੀਂ ਬਲਾਸਟਰ ਜੋੜੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਂ ਲਾਈਵ ਸਟੇਜਾਂ ਦੇ ਉੱਤੇ ਪਰਫਾਰਮ ਕਰਦੇ ਹੋਏ ਦੇਖਿਆ ਹੋਊਗਾ ਪਰ ਅੱਜ ਉਹਨਾਂ ਦੇ ਪਿੱਛੇ ਦੀ ਕਹਾਣੀ ਦਿਖਾਵਾਂਗੇ ਉਹ ਕੁੜੀ ਜਿਹਦੇ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੈ ਕਰਜ਼ਾ ਬਹੁਤ ਜ਼ਿਆਦਾ ਹੁੰਦਾ ਤਾਂ ਉਹਦੇ ਪਿਤਾ ਜੀ ਖੁਦਕੁਸ਼ੀ ਕਰ ਲੈਂਦੇ ਆ ਭਰਾ ਹੈ ਉਹ ਵੱਡਾ ਹੁੰਦਾ ਉਹ ਮੰंजे ਤੇ ਪਿਆ ਹੁੰਦਾ ਤੇ ਭੈਣ ਦੇ ਸਿਰ ਤੇ ਸਾਰੀ ਕਬੀਲਦਾਰੀ ਆ ਜਾਂਦੀ ਹੈ ਤੇ ਉਹ ਭੈਣ ਫਿਰ ਕਿੱਤਾ ਚੁਣਦੀ ਹੈ ਆਰਕੈਸਟ੍ਰਾ ਵਾਲਾ ਬਲਾਸਟਰ ਜੋੜੀ ਦੀ ਵੀਟ ਤੇ ਕਾਜਲ ਦੀ ਜੋੜੀ ਤੁਸੀਂ ਅਕਸਰ ਦੇਖੀ ਹੋਊਗਾ ਜੋ ਦੀ ਪਿੱਛੇ ਦੀ ਕਹਾਣੀ ਦਿਖਾਵਾਂਗੇ ਕਿ ਕੀ ਕੀ ਉਹਨਾਂ ਨੇ ਸੀਨੇ ਤੇ ਹੰਡਾਇਆ ਤੇ ਕਿਉਂ ਇਹ ਕਿੱਤਾ ਆਪਣਾਉਣਾ ਪਿਆ ਮੇਰੇ ਨਾਲ ਵੀਰਾ ਤੇ ਭੈਣ ਹੋਰੀ ਬੈਠੇ ਆ ਵੀਰ ਬਹੁਤ ਬਹੁਤ ਸਵਾਗਤ ਹੈ ਭੈਣ ਬਹੁਤ ਬਹੁਤ ਸਵਾਗਤ ਹੈ ਸੱਚੀ ਗੱਲ ਵੀਰ ਜੀ ਹੋਰ ਸੇ ਤਾਂ ਠੀਕ ਨੇ ਹਾਂਜੀ ਬਈ ਬਹੁਤ ਵਧੀਆ ਠੀਕ ਨੇ ਸਿੱਧਾ ਬਿਲਕੁਲ ਬਹੁਤ ਵਧੀਆ ਅੱਛਾ ਵੀਤ ਭਾਈ ਸਭ ਤੋਂ ਪਹਿਲਾਂ ਸ਼ੁਰੂਆਤ ਕਰੀ ਹੈ ਹਨ ਤੁਸੀਂ ਬਹੁਤ ਸੋਸ਼ਲ ਮੀਡੀਆ ਤੇ ਬਹੁਤ ਲੋਕ ਤੁਹਾਨੂੰ ਚਾਹੁੰਦੇ ਆ ਬਹੁਤ ਲੋਕ ਤੁਹਾਨੂੰ ਲਾਈਕ ਕਰਦੇ ਹਨ ਦੇਖਦੇ ਆ ਪਰ ਉਹ ਤੁਹਾਨੂੰ ਦੇਖਦੇ ਆ ਤਾਂ ਹਮੇਸ਼ਾ ਹੱਸਦਾ ਹੋਇਆ ਤੁਹਾਡੀ ਦੋਨਾਂ ਦੀ ਜੋੜੀ ਨੂੰ ਹੱਸਦਾ ਹੋਇਆ ਕਿ ਕਦੇ ਚਿਹਰੇ ਦੇ ਉੱਤੇ ਇਹ ਚੀਜ਼ ਦੇਖੀ ਨਹੀਂ ਹੈਗੀ ਕਿ ਕਦੇ ਗਮਗੀਨ ਹੋਵਾਂ ਹਨ ਕਦੇ ਡੁੱਬੇ ਹੋਵਾਂ ਗਮ ਦੇ ਵਿੱਚ ਪਰ ਪਿੱਛੇ ਦੀ ਜਿਵੇਂ ਤੁਸੀਂ ਮੈਨੂੰ ਗੱਲਾਂ ਦੱਸੀਆਂ ਤੁਸੀਂ ਦੱਸਿਆ ਹਨ ਉਹ ਕਹਾਣੀ ਕਿਸੇ ਨੂੰ ਨਹੀਂ ਪਤਾ ਤੇ ਅੱਜ ਉਹ ਕਹਾਣੀ ਤੁਹਾਡੇ ਜ਼ੁਬਾਨੀ ਸੁਣ ਲਈਆਂ ਇਸ ਵਕਤ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਇਸ ਟਾਈਮ ਤਾਂ ਬਹੁਤ ਵਧੀਆ ਚੱਲ ਰਹੀ ਹੈ ਕਿਉਂਕਿ ਜਦੋਂ ਬੰਦਾ ਕੀਤਾ ਚੁਣ ਲਾਂਦਾ ਹੈ ਨਾ ਉਸ ਤੋਂ ਬਾਅਦ ਉਹਨੂੰ ਜਿੱਤ ਮਿਲਦੀ ਆ ਹਾਸਲ ਹੋਈ ਆ ਅਸੀਂ ਆਪਦੀ ਜਿੱਤ ਨੂੰ ਹਾਸਲ ਕੀਤਾ ਮੁਕਾਮ ਤੇ ਪਹੁੰਚੇ ਆ ਤਾਂ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਹੁਣ ਅਸੀਂ ਕੰਮ ਵਗੈਰਾ ਜਾਨਨੇ ਆ ਨਾ ਲਾਉਣੇ ਆ ਤਾਂ ਬਸ ਮਹਿਸੂਸ ਨਹੀਂ ਕੀਤੀ ਜਾਂਦੀ ਇੰਨੀ ਖੁਸ਼ੀ ਹੁੰਦੀ ਹੈ ਇੰਨਾ ਕਿ ਜ਼ਿਆਦਾ ਪਿਆਰ ਮਿਲਣ ਲੱਗਿਆ ਤੇ ਭਣੇ ਜਿੰਦਗੀ ਦੀ ਸ਼ੁਰੂਆਤ ਤੁਹਾਡੀ ਕਿਵੇਂ ਹੁੰਦੀ ਆ ਵੀਰ ਜੀ ਡੈਡੀ ਸੀਗੇ ਮਤਲਬ ਅਸੀਂ ਤਿੰਨ ਭੈਣ ਭਰਾ ਸੀਗੇ ਤੇ ਉਦੋਂ ਡੈਡੀ ਨੇ ਕਿਸੇ ਤੋਂ ਕਰਜ਼ਾ ਲਿਆ ਹੋਇਆ ਸੀ ਆਈ ਮੀਨ ਬਹੁਤ ਜ਼ਿਆਦਾ ਕਰਜ਼ਾ ਸੀਗਾ ਤੇ ਉਹਨਾਂ ਨੇ ਮਤਲਬ ਕਰਜ਼ਾ ਜਦੋਂ ਮੰਗਦੇ ਸੀਗੇ ਤੇ ਦਿਵਾਲੀ ਦਾ ਟਾਈਮ ਸੀ ਉਦੋਂ ਪਾਪਾ ਨੇ ਸ਼ਾਇਦ ਡਰਿੰਕ ਕੀਤੀ ਹੋਈ ਸੀ ਕਿ ਪਤਾ ਨਹੀਂ ਕੀ ਕੁਛ ਸੀ ਲੇਕਿਨ ਉਦਾਂ ਨਾ ਉਦੋਂ ਬੰਦੇ ਨੇ ਕੁਝ ਇਹ ਜਾਂ ਗਲਤ ਬੋਲਿਆ ਸੀ ਕਿ ਬਈ ਕੁੜੀ ਵਾਰੇ ਬੋਲਿਆ ਸੀ ਤੇ ਕੋਈ ਵੀ ਫਾਦਰ ਸਾਹਿਬ ਆਪਣੀ ਕੁੜੀ ਵਾਰੇ ਬਰਦਾਸ਼ਤ ਨਹੀਂ ਕਰ ਸਕਦਾ ਟੋੜੇ ਵਾਰੇ ਕੁਝ ਉਹਨਾਂ ਨੇ ਗਲਤ ਬੋਲਤਾ ਸੀ ਹਾਂਜੀ ਤੇ ਬੋਲਤਾ ਸੀਗਾ ਤੇ ਡੈਡੀ ਤੋਂ ਬਰਦਾਸ਼ਤ ਨਹੀਂ ਹੋਇਆ ਸੀ ਤੇ ਦੀਵਾਲੀ ਵਾਲੇ ਦਿਨ ਪਾਪਾ ਨੇ ਸੁਸਾਇਡ ਕਰ ਲਿਆ ਸੀ ਤੇ ਉਸ ਤੋਂ ਬਾਅਦ ਫੈਮਿਲੀ ਚ ਕਿਸੇ ਨੇ ਸਾਥ ਨਹੀਂ ਦਿੱਤਾ ਸੀ ਮਤਲਬ ਕਿ ਜਿਵੇਂ ਕੋਈ ਸਾਂਭ ਲੈਂਦਾ ਵੀ ਜਵਾਕਾਂ ਨੂੰ ਤੇ ਕਿਸੇ ਨੇ ਨਹੀਂ ਸਾਂਭਿਆ ਸੀ ਕੱਲ ਕੱਲੇ ਮਮਾ ਹੀ ਸੀਗੇ ਤੇ ਮਮਾ ਵੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਜਿਹੜਾ ਮੇਰਾ ਵੱਡਾ ਭਰਾਗਾ ਉਹ ਸਟਾਰਟਿੰਗ ਤੋਂ ਹੀ ਬਿਮਾਰਾ ਬਚਪਨ ਤੋਂ ਹੀ ਕੀ ਦਿੱਕਤਾਂ ਉਹਨਾਂ ਨੂੰ ਮਤਲਬ ਕਿ ਕੋਈ ਸਕਿਨ ਦੀ ਪ੍ਰੋਬਲਮ ਆ ਜਿਵੇਂ ਹੱਥਾਂ ਹੁੰਤਾਂ ਤੇ ਪੈਰਾਂ ਤੇ ਅੱਜ ਵੀ ਉਹ ਮਤਲਬ 24 ਸਾਲ ਦੇ ਹੋ ਗਿਆ ਲੇਕਿਨ ਅੱਜ ਵੀ ਉਹਨਾਂ ਨੂੰ ਇੰਨੀ ਪ੍ਰੋਬਲਮ ਆ ਕਿ ਉਹਨਾਂ ਦੀ ਬਿਮਾਰੀ ਕਰਕੇ ਨਾ ਮਤਲਬ ਕਿ ਸਾਨੂੰ ਮਤਲਬ ਕਿ ਇੱਕ ਜਿਹੜੀ ਖੁਸ਼ੀ ਹੁੰਦੀ ਹੈ ਨਾ ਅਸੀਂ ਉਹਨੂੰ ਵੀ ਫੀਲ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਨਾ ਉਹਦੇ ਉਹਦਾ ਇੰਨਾ ਦੁੱਖ ਹੁੰਦਾ ਕਿ ਉਨ ਨੂੰ ਦੁਖੀ ਦੇ ਕੇ ਨਾ ਸਾਨੂੰ ਐ ਹੁੰਦਾ ਰੱਬ ਸਾਨੂੰ ਹੀ ਬਿਮਾਰੀ ਦੇ ਦੇ ਕਿ ਚਲੋ ਠੀਕ ਨਹੀਂ ਕਰ ਸਕਦੇ ਸਾਨੂੰ ਦੇ ਹੀ ਦੇ ਤੇ ਇਹ じゃ ਕੋਈ ਡਾਕਟਰ ਨਹੀਂ ਕੋਈ ਹਸਪੀਟਲ ਨਹੀਂ ਜਿੱਥੇ ਅਸੀਂ ਉਹਨੂੰ ਨਾ ਲੈ ਕੇ ਗਏ ਹੋਵੇ ਤੇ ਬਸ ਉਹ ਵੀ ਨਹੀਂ ਕੁਝ ਕਰ ਸਕਦੇ ਸੀ ਮਤਲਬ ਫਿਰ ਵੀ ਕੋਸ਼ਿਸ਼ ਕਰਦੇ ਆ ਮੇਰਾ ਭਰਾ ਬਹੁਤ ਕੋਸ਼ਿਸ਼ ਕਰਦਾ ਕਿ ਭਈ ਸਾਡੀ ਭੈਣ ਇਹਨਾਂ ਕੁਝ ਕਰਦੀ ਹੈ ਤੇ ਅਸੀਂ ਵੀ ਕੁਝ ਕਰੀਏ ਮਤਲਬ ਐ ਨਹੀਂ ਹੈਗਾ ਭਈ ਉਹ ਬੇਲੇ ਬੈਠਿਆ ਜਾਂ ਕੁਝ ਕਰਦੇ ਨਹੀਂ ਹੈਗੇ ਫਿਰ ਵੀ ਕੋਸ਼ਿਸ਼ ਕਰਦੇ ਆ ਕੰਮ ਕਰਨ ਦੀ ਤੇ ਮੰਮਾ ਬਿਮਾਰ ਸੀ ਤੇ ਮੰਮਾ ਨੇ ਨਾ ਸਿਰਫ ਸਾਡੀ ਫੀਸ ਕਰਕੇ ਕਿਉਂਕਿ ਮੇਰੀ ਉਦੋਂ 8th ਕਲਾਸ ਚੱਲ ਰਹੀ ਸੀ I mean 8th ਮੈਂ ਕੀਤੀ ਨਹੀਂ ਸੀ 9th ਚ ਆ ਗਈ ਸੀ ਮੈਂ ਸਿੱਧੀ 7th ਤੋਂ ਬਾਅਦ ਤੇ ਸਕੂਲ ਚ ਕਿਸੇ ਨੇ ਪ੍ਰਿੰਸੀਪਲ ਨੇ ਕਹਿਤਾ ਬਈ ਪੇਪਰ ਆ ਗਏ ਜੋ ਆਕਾ ਦੇ ਤੁਸੀਂ ਫੀਸ ਦੇ ਦੋ ਤੇ ਮੰਮਾ ਕੋਲੇ ਉਦੋਂ ਸੀਰੀਅਸਲੀ ਮਤਲਬ ਜਿਹੜਾ ਟੈਂਕੀ ਚ ਆਟਾ ਹੁੰਦਾ ਉਹਨਾਂ ਨੇ ਸਾਡੇ ਉਹ ਵੀ ਨਹੀਂ ਸੀ ਤੇ ਪੇਪਰ ਕਰਕੇ ਮੰਮੀ ਨੇ ਕਿਹਾ ਬਈ ਫੈਮਿਲੀ ਨੂੰ ਬਈ ਚਾਚੇ ਤਾਇਆ ਸਾਰਿਆਂ ਨੂੰ ਜਿਹੜੇ ਵੀ ਹੁੰਦੇ ਆ ਕਿ ਬਈ ਤੁਸੀਂ ਨਾ ਫੀਸ ਭਰ ਦੋ ਜੋ ਆਕਾ ਦੀ ਥੋੜੇ ਥੋੜੇ ਕਰਕੇ ਲੇਕਿਨ ਕਿਸੇ ਨੇ ਫੀਸ ਨਹੀਂ ਦਿੱਤੀ ਸੀ ਉਦੋਂ ਫਿਰ ਮੰਮਾ ਮੰਮੀ ਨੇ ਹੀ ਰਿਕੁਐਸਟ ਕੀਤੀ ਸੀ ਪ੍ਰਿੰਸੀਪਲ ਸਰ ਨੂੰ ਸਰ ਨੂੰ ਕਿ ਬਈ ਤੁਸੀਂ ਹੁਣ ਹੁਣ ਜਵਾਕਾ ਦੇ ਪੇਪਰ ਦਵਾ ਦਿਓ ਤੇ ਮੈਂ ਹੌਲੀ ਹੌਲੀ ਕਰਕੇ ਫੀਸ ਦੇ ਦੂੰਗੀ ਤੇ ਉਦੋਂ ਪ੍ਰਿੰਸੀਪਲ ਨੇ ਮੰਨ ਲਿਆ ਸੀ ਉਦੋਂ ਮੈਂ ਸੀਰੀਅਸਲੀ ਐਨਾ ਅਹਿਸਾਨਮੰਦ ਦੀ ਉਹਨਾਂ ਦਾ ਸਰਦਾ ਕਿ ਬਈ ਉਹਨਾਂ ਨੇ ਮਤਲਬ ਸਾਡੇ ਪੇਪਰ ਦੇਣ ਦਿੱਤੇ ਮਤਲਬ ਕਿ ਸਭ ਤੋਂ ਵਧੀਆ ਫੈਮਿਲੀ ਤੋਂ ਹੀ ਵਧੀਆ ਉਹ ਸੀਗੇ ਜਿਨ੍ਹਾਂ ਨੇ ਉਦੋਂ ਸਾਡਾ ਸਾਥ ਦਿੱਤਾ ਸੀ ਤੇ ਫਿਰ ਮੰਮੀ ਸਾਡੇ ਕਰਕੇ ਵੀ ਚਲੋ ਜੁਆਕਾ ਨੂੰ ਰੋਟੀ ਹੋਜੂਗੀ ਤੇ ਕਿਸੇ ਦੇ ਘਰੇ ਕੰਮ ਲੱਗੇ ਸੀ ਉਹ ਵੀ ਜੱਟਾਂ ਦਾ ਹੀ ਘਰ ਸੀ ਤੇ ਮਤਲਬ ਜੱਟ ਜਾਟ ਜਿਹੜੇ ਹਰਿਆਣੇ 'ਚ ਹੁੰਦੇ ਆ ਤੇ ਅਸੀਂ ਵੀ जाट ਸੀ ਤੇ ਉਹ ਵੀ जाट ਸੀ ਮੰਮੀ ਉਹਨਾਂ ਦੇ ਘਰੇ ਕੰਮ ਲੱਗੇ ਸੀ ਤੇ ਲੇਕਿਨ ਮੰਮਾ ਐਨੇ ਬਿਮਾਰ ਹੁੰਦੇ ਸੀ ਕਿ ਕਈ ਵਾਰੀ ਜਦੋਂ ਮੈਂ ਸਕੂਲ ਤੋਂ ਆਉਂਦੀ ਹੁੰਦੀ ਸੀ ਨਾ ਤੇ ਰਸਤੇ 'ਚੋਂ ਘਰ ਹੁੰਦਾ ਸੀ ਤੇ ਮੈਂ ਜਾ ਕੇ ਦੇਖਦੀ ਹੁੰਦੀ ਤੇ ਮੰਮਾ ਕਈ ਵਾਰੀ ਫਲੋਰ ਤੇ ਡਿੱਗੇ ਹੁੰਦੇ ਸੀ ਸਿਰ ਬਿਮਾਰੀ ਕਰਕੇ ਮਤਲਬ ਉਹਨਾਂ ਤੋਂ ਕੰਮ ਨਹੀਂ ਹੁੰਦਾ ਸੀ ਲੇਕਿਨ ਐ ਸੀ ਬਈ ਜੋ ਅੱਕਾ ਦਾ ਢਿੱਡ ਭਰਨਾਗਾ ਕਿਵੇਂ ਨਾ ਕਿਵੇਂ ਕਰਕੇ ਤੇ ਫਿਰ ਮੰਮਾ ਦੀ ਹੈਲਪ ਮੈਂ ਕਰਦੀ ਹੁੰਦੀ ਸੀ ਮਤਲਬ ਉਹਨਾਂ ਦਾ ਕੰਮ ਕੁਮ ਕਰਨ ਲਈ ਝਾੜੂ ਪੋਚਾ ਤੁਸੀਂ ਵੀ ਕਰਦੇ ਸੀ ਉਹਨਾਂ ਦੇ ਹਾਂਜੀ ਮਤਲਬ ਮੰਮੀ ਨੂੰ ਦੇਖ ਕੇ ਕਿ ਬਈ ਮੰਮੀ ਦਾ ਮਤਲਬ ਚਲੋ ਮੰਮੀ ਤੋਂ ਕੰਮ ਨਹੀਂ ਹੋ ਰਿਹਾ ਮੈਂ ਕਰ ਲਾਂ ਤੇ ਕਈ ਬਈ ਰਾਵਾਂ ਨੇ ਵੀ ਸਾਧ ਦਿੱਤਾ ਐਦਾ ਮਤਲਬ ਉਹ ਵੀ ਕਰੇ ਹੁੰਦੇ ਸੀ ਮਤਲਬ ਕਿ ਐ ਨਹੀਂ ਸੋਚਿਆ ਬਈ ਮੁੰਡਾ ਕੁੜੀਆ ਬਸ ਉਹਦੋਂ ਐ ਸੀ ਬਈ ਢਿੱਡ ਭਰਨਾ ਕੁਝ ਮਰਜ਼ੀ ਕਰੇ ਤੇ ਬਸ ਮਮਾ ਲੱਗ ਗਏ ਸੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਫਿਰ ਮੈਂ ਹੌਲੀ ਹੌਲੀ ਕਰਕੇ ਤੇ ਹੈਗੀ ਤਾਂ ਮੈਂ ਵੀ ਬਹੁਤ ਛੋਟੀ ਸੀ ਉਦੋਂ 12 ਸਾਲ ਦੀ ਸੀ ਮੈਂ अच्छा हां जी ਤੇ ਫਿਰ ਮੈਂ ਹੌਲੀ ਹੌਲੀ ਕਰਕੇ ਨਾ ਮੈਨੂੰ ਕਿਤੇ ਮਤਲਬ ਕਿ ਇੱਕ ਕੋਈ ਜਾਗਨ ਹੋ ਰਿਹਾ ਸੀ ਮੈਂ ਉਹਨਾਂ ਕੋਲੇ ਜਾ ਕੇ ਮੈਂ ਉਹਨਾਂ ਨੂੰ ਕਿਹਾ ਮੈਂ ਵੀਰੇ ਉਹਨਾਂ ਨਾਲ ਗਈ ਜਾਗਨ ਦੇਖਣ ਵਾਸਤੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਹਾ ਸਰ ਮੈਂ ਆਹ ਕੰਮ ਕਰਨਾਗਾ ਤੇ ਉਹ ਮੈਨੂੰ ਕਹਿੰਦੇ ਬੇਟਾ ਤੂੰ ਵੀ ਬਹੁਤ ਛੋਟੀ ਐ ਇਹ ਲਾਈਨ ਮਤ ਚੂਜ਼ ਕਰ ਤੂੰ ਤੇ ਮੈਂ ਕਹਾ ਸਰ ਕੁਝ ਵੀ ਕਰੋ ਬਸ ਮੈਂ ਆਹ ਚੂਜ਼ ਕਰਨਾ ਤੇ ਸੀਰੀਅਸਲੀ ਉਦੋਂ ਨਾ ਮੈਨੂੰ ਐ ਵੀ ਨਹੀਂ ਪਤਾ ਸੀ ਬਈ ਪੱਬ ਕਿਵੇਂ ਚੱਕਦੇ ਹੁੰਦੇ ਆ ਲੇਕਿਨ ਮੈਂ ਕੋਸ਼ਿਸ਼ ਕੀਤੀ ਕਿ ਬਈ ਬਸ ਕੁਛ ਮਰਜ਼ੀ ਕਰਕੇ ਕੰਮ ਕਰਨਾ ਕਾ ਤੇ ਮਮਾ ਵੀ ਹਲਕਾ ਹਲਕਾ ਕਰਦੇ ਹੁੰਦੇ ਸੀ ਕੰਮ ਮਤਲਬ ਛੱਡਿਆ ਨਹੀਂ ਸੀ ਮਮਾ ਨੇ ਤੇ ਫਿਰ ਮੈਂ ਹੌਲੀ ਹੌਲੀ ਕਰਨ ਲੱਗ ਗਈ ਸੀ ਕੰਮ ਤੇ ਮੈਨੂੰ ਕੋਈ 50 ਰੁਪਏ ਦੇ ਦਿੰਦਾ ਸੀ ਕੋਈ 100 ਰੁਪਏ ਦੇ ਦਿੰਦਾ ਮਤਲਬ ਖੁਸ਼ ਬਸ ਉਹਦੀ ਵੀ ਖੁਸ਼ੀ ਹੁੰਦੀ ਸੀ ਕਿ ਚਲੋ 50 ਰੁਪਏ ਦਾ ਘਰੇ ਆ ਗਏ ਤੇ ਬਸ ਫਿਰ ਮੈਂ ਹੌਲੀ ਹੌਲੀ ਆ ਕੰਮ ਲੱਗ ਗਈ ਸੀ ਤੇ ਇਹ ਲਾਈਨ ਦੇ ਵਿੱਚ ਕਿਵੇਂ ਆਉਣੇ ਕੋਈ ਲੈ ਕੇ ਆਉਂਦਾ ਸੀ ਹਾਂਜੀ ਇੱਕ ਮਤਲਬ ਕਿ ਇੱਕ ਮੁੰਡਾ ਸੀਗਾ ਤੇ ਉਹਨੇ ਮੈਨੂੰ ਕਿਹਾ ਸੀ ਬਈ ਕਿ ਨਾ ਇੱਕ ਸਿਰਸੇ ਫੰਕਸ਼ਨ ਹੈ ਮਤਲਬ ਕਿ ਸਾਡੇ ਤਾਂ ਹਰਿਆਣੇ ਵਿੱਚ ਗੱਲ ਹੁੰਦੀ ਸੀ ਮੈਂ ਕਹਾ ਹਾਂਜੀ ਤੇ ਉਹਨਾਂ ਨੇ ਕਿਹਾ ਬਈ ਤੁਸੀਂ ਜਾ ਸਕਦੇ ਓ ਉੱਥੇ ਫੰਕਸ਼ਨ ਲਾਣ ਮੈਂ ਪੁੱਛਿਆ ਬਈ ਕੀ ਫੰਕਸ਼ਨ ਆ ਤੇ ਕਹਿੰਦੇ ਮੈਰਿਜ ਫੰਕਸ਼ਨ ਆ ਮੈਨੂੰ ਨਹੀਂ ਪਤਾ ਸੀ ਕਿ ਮੈਰਿਜ ਫੰਕਸ਼ਨ ਕਿਵੇਂ ਹੁੰਦੇ ਆ ਕਿੰਨੀ ਉਮਰ ਸੀ ਉਸ ਵਕਤ ਤੇ ਤੁਹਾਡੀ ਤੇਰਾ ਤੇਰਾ ਸਾਲ ਦੀ ਤੇਰਾ 13 ਸਾਲ ਦੀ ਸੀ ਮੈਂ ਅੱਛਾ ਹਾਂਜੀ ਤੇ ਨਹੀਂ ਪਤਾ ਸੀ ਬਈ ਮੈਰਿਜ ਫੰਕਸ਼ਨ ਕਿਵੇਂ ਹੁੰਦੇ ਆ ਘਰ ਤੋਂ ਬਾਹਰ ਨਹੀਂ ਨਿਕਲੀ ਸੀ ਕਦੇ ਜੇ ਜਾਗਣ ਚ ਵੀ ਜਾਂਦੀ ਸੀ ਤਾਂ ਵਿਦੇ ਹੋਰਾਂ ਨਾਲ ਜਾਂਦੀ ਹੁੰਦੀ ਸੀ ਤੇ ਉਹ ਜਾਗਣ ਕਰਕੇ ਵੀ ਨਾ ਮਤਲਬ ਕਿ ਮੰਮਾ ਨੂੰ ਐਨਾ ਕੁਝ ਸਹਨ ਕਰਨਾ ਪਿਆ ਕਿ ਕਿਸੇ ਨੇ ਮੈਨੂੰ ਦੇਖ ਲਿਆ ਸੀ ਨਾਲੇ ਜਾਗਣ ਇੱਕ ਧਾਰਮਿਕ ਸਥਾਨ ਹੁੰਦਾ ਉੱਥੇ ਗਲਤ ਨਹੀਂ ਹੁੰਦਾ ਠੀਕ ਹੈ ਤੇ ਉੱਥੇ ਕਿਸੇ ਨੇ ਦੇਖ ਲਿਆ ਮੇਰੀ ਫੈਮਲੀ ਚੋ ਮੈਨੂੰ ਤੇ ਉਹਨਾਂ ਨੇ ਮੰਮੀ ਨੂੰ ਫੋਨ ਕੀਤਾ ਬਈ ਤੁਸੀਂ ਬੇਇੱਜ਼ਤੀ ਕਰਾਈ ਜਾਂਦੇ ਹੋ ਜੱਟਾ ਦੀ ਕੁੜੀ ਹੋ ਕੇ ਆ ਕੁਝ ਕਰ ਲਈ ਆ ਮਤਲਬ ਸਾਥ ਨਹੀਂ ਦਿੱਤਾ ਉਹਨਾਂ ਨੇ ਕਿ ਬਈ ਲੈ ਸਾਡਾ ਬਜਟ ਵਧੀਆਗਾ ਅਸੀਂ ਤੁਹਾਡੀ ਹੈਲਪ ਕਰ ਦਿੰਨੇ ਆ ਮਤਲਬ ਕਿਸੇ ਨੇ ਕੁਝ ਨਹੀਂ ਕਲਾ ਸਿਰਫ ਉਸ ਚੀਜ਼ ਤੇ ਕੁਚਨਿੰਗ ਕੀਤੀ ਕਿ ਭਾਈ ਅੱਜਟਾ ਦੀ ਕੁੜੀ ਹੋ ਕੇ ਕੀ ਕੁਛ ਕਰ ਰਹੀ ਆ ਤੇ ਉਦੋਂ ਮਤਲਬ ਜਿਵੇਂ ਪੰਚਾਇਤ ਜੀ ਬਿਠਾ ਲੈਂਦੇ ਆ ਅੱਛਾ ਉਦਾਂ ਮਤਲਬ ਫੈਮਿਲੀ ਚ ਸਾਰੇ ਬਿਠਾ ਲੇ ਮੈਨੂੰ ਵੀ ਮਤਲਬ ਕਿ ਇੱਕ ਮੇਰੀ ਸਿਸਟਰ ਸੀ ਸਿਸਟਰ ਤਾਂ ਖਰ ਕੀ ਕਹਿਣਾ ਮਤਲਬ ਮਨ ਵੀ ਨਹੀਂ ਕਰਦਾ ਕਹਿਣ ਨੂੰ ਤੇ ਉਹਨਾਂ ਨੇ ਮੈਨੂੰ ਕੁੱਟਿਆ ਅੱਛਾ ਮਤਲਬ ਮੇਰੀ ਹੀ ਸਿਸਟਰ ਨੇ ਤੇ ਉਦੋਂ ਅਸੀਂ ਨਹੀਂ ਬੋਲ ਸਕਦੇ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਬਈ ਜਦੋਂ ਹੱਥ 'ਚ ਕੁਝ ਹੁੰਦਾ ਨਹੀਂ ਉਦੋਂ ਭਾਵੇਂ ਕੋਈ ਕੁਝ ਗਲਤ ਬੋਲੇ ਜਾਂ ਫਿਰ ਕੋਈ ਮਾਰੇ ਕੁੱਟੇ ਨਹੀਂ ਬੋਲ ਸਕਦੇ ਤੇ ਉਹਦਾ ਮੰਮੀ ਉਹਦਾ ਮੰਮੀ ਨੂੰ ਵੀ ਬਹੁਤ ਕੁਝ ਬੋਲਿਆ ਸੀ ਉਹਨਾਂ ਨੇ ਕਿ ਬਈ ਤੂੰ ਸਾਡੀ ਇੱਜ਼ਤ ਰੋਲ ਕੇ ਰੱਖਤੀ ਐ ਏਦਾਂ ਕਰਤਾ ਜੋ ਕਿ ਸੀਰੀਅਸਲੀ ਉੱਥੇ ਮਤਲਬ ਕਿ ਜਿਹੜੇ ਜਿਨ੍ਹਾਂ ਦੇ ਘਰੇ ਮੈਂ ਜਾਗਣ 'ਚ ਗਈ ਹੋਈ ਸੀ ਨਾ ਉਹਨਾਂ ਨੇ ਲੇਡੀਜ਼ਾਂ ਨੇ ਵੀ ਰਿਕੁਐਸਟ ਕੀਤੀ ਕਿ ਬਈ ਸਾਡੀ ਕੁੜੀ ਵਰਗੀ ਆ ਇਹ ਕੀ ਕੁਝ ਗਲਤ ਕਰੋਗੀ ਉੱਥੇ ਨਾਲੇ ਤੁਸੀਂ ਐਂ ਤਾਂ ਦੇਖ ਲਓ ਬਈ ਛੋਟੀ ਜਿਹਾ ਕੁੜੀ ਆ ਇਹ ਕੰਮ ਕਰਨ ਆਈ ਆ ਤੇ ਕਿਸੇ ਨੇ ਨਹੀਂ ਸੁਣੀ ਸੀ ਮੰਮੀ ਦੀ ਤੇ ਉਦੋਂ ਮੰਮੀ ਨੇ ਮੰਮੀ ਨੂੰ ਪਤਾ ਸੀ ਬਈ ਮੇਰੀ ਧੀ ਠੀਕ ਆ ਕਿਤੇ ਗਲਤ ਨਹੀਂ ਹੋ ਸਕਦੀ ਤੇ ਮੰਮੀ ਉਹ ਬੰਦੇ ਕਹਿੰਦੇ ਬਈ ਮਤਲਬ ਜਿਹੜੇ ਫੈਮਿਲੀ ਵਾਲੇ ਸੀ ਬਈ ਤੂੰ ਤੇ ਤੇਰੀ ਕੁੜੀ ਸਾਡੇ ਤੋਂ ਮਾਫੀ ਮੰਗੋ ਆ ਕੇ ਫਿਰ ਅਸੀਂ ਤੁਹਾਡੇ ਨਾਲ ਰਿਸ਼ਤਾ ਰੱਖਾਂਗੇ ਨਾਲੇ ਸਾਡੇ ਫੈਮਿਲੀ ਮੈਂਬਰ ਹੀ ਨੇ ਮੰਮੀ ਦੇ ਤੇ ਮਤਲਬ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦੀ ਉਹਨਾਂ ਦਾ ਤੇ ਮੰਮੀ ਨੂੰ ਕਹਤਾ ਵੀ ਜੇ ਮਾਫੀ ਮੰਗੋਗੇ ਤਾਂ ਆਪਣਾ ਰਿਲੇਸ਼ਨ ਅੱਗੇ ਰਹੂਗਾ ਨਹੀਂ ਤਾਂ ਨਹੀਂ ਰਹਿੰਦਾ ਤੇ ਮੰਮੀ ਨੇ ਉਹਦੋ ਕਹਤਾ ਸੀ ਵੀ ਮਾਫੀ ਨਹੀਂ ਮੈਂ ਕਿਸੇ ਵੀ ਨਾ ਮੇਰੀ ਨਾ ਮੇਰੀ ਕੁੜੀ ਮਾਫੀ ਮੰਗੂਗੀ ਨਾ ਮੈਂ ਮਾਫੀ ਮੰਗੂਗੀ ਤੇ ਉਹਨਾਂ ਨੇ ਰਿਲੇਸ਼ਨ ਤੋੜਤਾ ਅਸੀਂ ਵੀ 1% ਵੀ ਨਾ ਮੇਰੇ ਦਿਲ ਨਾ ਮੇਰੇ ਦਿਲ ਚ ਅਜ ਤੱਕ ਆਈ ਆ ਕਿ ਬਈ ਉਹ ਸਾਡੇ ਨਾਲ ਰਿਸ਼ਤਾ ਰੱਖਣ ਕਿਉਂਕਿ ਜਦੋਂ ਮੇਰੀ ਮੰਮੀ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਉਹ ਮੇਰੇ ਲਈ ਕੁਝ ਨਹੀਂ ਹੈਗੇ ਕਿ ਵੀ ਚਲੋ ਹਲਕਾ ਜਿਹਾ ਉਹਦੋ ਚਲੋ ਛੋਟੇ ਸੀ ਅਸੀਂ ਹਲਕਾ ਜਿਹਾ ਕੁਸ਼ਤਾ ਕਰ ਦਿੰਦੇ ਬਈ ਚਲੋ ਜੋ ਆ ਪੜ ਰਹੇ ਨੇ ਜਾਂ ਮਤਲਬ ਮਤਲਬ ਬਸ ਨਹੀਂ ਕਿਸੇ ਨੇ ਸਾਥ ਦਿੱਤਾ ਉਦੋਂ ਤੇ ਫਿਰ ਇਹ ਫੰਕਸ਼ਨ ਜਦੋਂ ਤੁਸੀਂ ਪਹਿਲਾਂ ਲਾਉਨੇ ਤੁਹਾਨੂੰ ਦੱਸਦਾ ਹੈ ਨਾ ਕਿ ਫੰਕਸ਼ਨ ਲਾਉਣਾ ਤੁਸੀਂ ਦੱਸਦੇ ਹੋ ਕਿ ਮੈਂ ਇਕੱਲੀ ਸੀ ਹੈਨਾ ਵਾਪਸੀ ਮੁੜੇ ਆਈ ਮੈਂ ਗਈ ਹੈ ਹਾਂਜੀ ਮਤਲਬ ਮੈਂ ਸੋਨੀਪੱਤੋ ਸਿਰਸੇ ਜਾਣਾ ਸੀ ਜੋ ਕਿ 6 ਘੰਟਿਆਂ ਦਾ ਰਾਹਗਾ ਤੇ ਮੈਂ ਇੱਕ ਵਾਰੀ ਰੋਤਕ ਤੱਕ ਗਈ ਰੋਤਕ ਦਾ ਵੀ 2 ਘੰਟਿਆਂ ਦਾ ਰਾਹ ਸੀ ਸੋਨੀਪੱਤੋ ਰੋਤਕ ਦਾ ਤੇ ਮੈਂ ਗਈ ਵਾਪਸ ਆ ਗਈ ਮੈਂ ਕਿਉਂਕਿ ਮੈਨੂੰ ਡਰ ਲੱਗਿਆ ਨਾਉ ਦਾ ਫੋਨ ਸੀ ਹੱਥੇ ਚ ਕੁਝ ਵੀ ਨਹੀਂ ਸੀ ਕਿ ਐਨੀ ਦੂਰ ਕਿਵੇਂ ਜਾਉਂਗੀ ਮੈਂ ਵਾਪਸ ਆ ਗਈ ਸੀ ਘਰੇ ਤੇ ਉਦੋਂ ਕਿਰਾਇਆ ਵੀ ਨਹੀਂ ਹੁੰਦਾ ਸੀ ਕੋਲੇ ਮਤਲਬ ਕਿ ਐ ਪੁੱਛਦੀ ਹੁੰਦੀ ਸੀ ਬਈ ਕਿੰਨਾ ਕਿਰਾਇਆ ਲੱਗੂਗਾ ਅੱਗੇ ਦਾ ਅੱਛਾ ਹਾਂਜੀ ਤੇ ਵਾਪਸ ਗਈ ਮੈਂ ਮੰਮੀ ਨੂੰ ਵੀ ਡਰ ਲੱਗਿਆ ਬਈ ਇਕੱਲੀ ਕਿਵੇਂ ਜਾਉਂਗੀ ਮੰਮੀ ਇਜਾਜ਼ਤ دیتی ਸੀ ਜਾਣ ਦੀ ਉਹ ਵੀ ਮਜ਼ਬੂਰ ਸੀਗੇ ਉਹ ਕੀ ਕਹਿ ਸਕਦੇ ਸੀ ਬਸ ਮਤਲਬ ਕਿ ਉਹਨਾਂ ਨੂੰ ਬਸ ਇੰਨਾ ਪਤਾ ਸੀ ਬਈ ਮੇਰੀ ਥੀ ਕੁਝ ਮਾੜਾ ਨਹੀਂ ਕਰ ਸਕਦੀ ਮਤਲਬ ਬਹੁਤ ਵਿਸ਼ਵਾਸ ਸੀ ਤੇ ਅੱਜ ਵੀ ਹੈਗਾ ਤੇ ਬਣਾ ਕੇ ਰੱਖਿਆ ਮੈਂ ਆਪਣਾ ਵਿਸ਼ਵਾਸ ਤੇ ਇੱਕ ਵਾਰੀ ਫੇਰ ਮੈਂ ਦੁਬਾਰੇ ਫੇਰ ਕੋਸ਼ਿਸ਼ ਕੀਤੀ ਜਾਣਦੀ ਉਹਨਾਂ ਨੇ ਮੈਨੂੰ ਫੇਰ ਕੋ ਲਾਇਆ ਕਿ ਦੇਖ ਲਓ ਅਗਰ ਆਪਕੋ ਜਾਨਾ ਮੈਂ ਕਿਹਾ ਚਲੋ ਠੀਕ ਹੈ ਮੈਂ ਫੇਰ ਗਈ ਮੈਂ ਫੇਰ ਵੀ ਮੁੜ ਗਈ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਤੇ 3rd ਟਾਈਮ ਦੇਖ ਕੇ ਮਤਲਬ ਹੌਸਲਾ ਜਾ ਕਰਕੇ ਮੈਂ ਚੱਲ ਗਈ ਸੱਸੇ ਤੇ ਉੱਥੇ ਫੰਕਸ਼ਨ ਲਾਣ ਮੈਂ ਗਈ ਤੇ ਉਹਨਾਂ ਨੇ ਮੈਨੂੰ ਇੱਕ ਦੋ ਸਟੈਪ ਜੇ ਸਿਖਾਏ ਕਿ ਬਈ ਕੀਵੇਂ ਕੰਮ ਕਰਨਾ ਹੁੰਦਾ ਮੈਨੂੰ ਪੰਜਾਬੀ ਦਾ ਪੀ ਵੀ ਨਹੀਂ ਆਉਂਦਾ ਸੀ ਬਈ ਨਾ ਸਮਝ ਆਉਂਦੀ ਸੀ ਬੋਲਣੀ ਤਾਂ ਬਹੁਤ ਦੂਰ ਦੀ ਗੱਲ ਆ ਤੇ ਉਹ ਮੈਨੂੰ ਕਹਿੰਦੇ ਕਿ ਤੂੰ ਜਾ ਕੇ ਬਸ ਇੱਕ ਅਦਾ ਗਾਣਾ ਹੀ ਕਰਨਾ ਹੈ ਸਟੇਜ ਤੇ ਤੇ ਨਾ ਮੈਨੂੰ ਕੋਈ ਮੇਕਅਪ ਕਰਨਾ ਹੁੰਦਾ ਨਾ ਮੈਨੂੰ ਐ ਪਤਾ ਵੀ ਸਟੇਜ ਕਿੱਦਾਂ ਦੀ ਹੁੰਦੀ ਆ ਤੇ ਫਿਰ ਵੀ ਚਲੋ ਮੈਂ ਚੱਲ ਗਈ ਸੀ ਮੇਰੇ ਕੋਲ ਉਦੋਂ ਸੂਟ ਵੀ ਨਹੀਂ ਹੈਗੇ ਸੀ ਮਮਾ ਦੀ ਸੂਟ ਲੈ ਕੇ ਚੱਲ ਗਈ ਸੀ ਮੈਂ ਜਿਹੜੇ ਘਰ ਵਾਲੇ ਹੁੰਦੇ ਆ ਪੌਣ ਵਾਲੇ ਕਿਉਂਕਿ ਕਦੇ ਦੇਖਿਆ ਹੀ ਨਹੀਂ ਸੀ ਬਈ ਇੰਨਾ ਵਧੀਆ ਕੁਝ ਵੀ ਇੰਨਾ ਵਧੀਆ ਕਪੜਾ ਵੀ ਪਾਇਆ ਜਾਂਦਾਗਾ ਤੇ ਉਹਨਾਂ ਨੇ ਸੂਟ ਵਗੈਰਾ ਰਿਜੈਕਟ ਕਰਤੇ ਸੀ ਕਿ ਬਈ ਆਹਾ ਸੂਟ ਤੇ ਨਹੀਂ ਚੱਲਣੇ ਤੇ ਮੈਂ ਕਿਹਾ ਸਰ ਮੇਰੇ ਕੋਲ ਤਾਂ ਕੁਝ ਵੀ ਨਹੀਂ ਆ ਤੋ ਸਰ ਨੇ ਕਿਹਾ ਚਲੋ ਕੋਈ ਨਹੀਂ ਇੱਕ ਦੋ ਕੁੜੀਆਂ ਨੇ ਉਹਨਾਂ ਦੇ ਸੂਟ ਤੁਹਾਨੂੰ ਦਿਵਾ ਦਿੰਨਾ ਮੈਂ ਮੈਂ ਕਿਹਾ ਠੀਕ ਆ ਤੇ ਉਹਨਾਂ ਨੇ ਮੈਨੂੰ ਸੂਟ ਦਿਵਾਤੇ ਢਿੱਲੇ-ਵਿੱਲੇ ਜੇ ਸੂਟ ਸੀ ਤੇ ਉਹੀ ਪਾ ਕੇ ਮੈਂ ਡਾਂਸ ਕਰ ਲਿਆ ਸੀ ਜਦੋਂ ਮੈਂ ਫਸਟ ਟਾਈਮ ਸਟੇਜ ਤੇ ਗਈ ਨਾ ਮਤਲਬ ਮੇਰੇ ਤੋਂ ਉਹ ਕੁਝ ਕੁਕ オーਡੀਅੰਸ ਸੀ ਛੋਟਾ ਜਿਹਾ ਫੰਕਸ਼ਨ ਸੀ ਮੇਰੇ ਤੋਂ ਉਹ ਵੀ ਫੇਸ ਨਹੀਂ ਹੋ ਰਹੀ ਸੀ ਮਤਲਬ ਕਿ ਮੁੰਡੇ ਜੇ ਖੜੇ ਸੀ ਜਿਵੇਂ ਬਾਹਰ ਅਸੀਂ ਨਿਕਲੇ ਮੈਂ ਨਿਕਲੀ ਸੀ ਬਾਹਰ ਤੇ ਉਦੋਂ ਵੀ ਮਤਲਬ ਫੰਕਸ਼ਨ ਤੇ ਕੋਈ ਆਪਣਾ ਬੰਦਾ ਨਹੀਂ ਸੀ ਜਿਹੜਾ ਸਾਨੂੰ ਜੱਜ ਕਰਦੇ ਮਾੜਾ ਮੋਟਾ ਕਿ ਬਈ ਤੂੰ ਐਦਾ ਕਰ ਲਾ ਉਵੇਂ ਕਰ ਲਾ ਨਹੀਂ ਸੀ ਕੋਈ ਵੀ ਤੇ ਮੈਂ ਸਟੇਜ ਤੇ ਮਤਲਬ ਕਿ ਇੱਕ ਪੂੜੀ ਦਪੈਰ ਰੱਖਿਆ ਵਾਪਸ ਆ ਗਈ ਇੱਕ ਪੂੜੀ ਦਪੈਰ ਰੱਖਿਆ ਵਾਪਸ ਆ ਗਈ ਮਤਲਬ ਕਿ ਹਿੰਮਤ ਨਹੀਂ ਹੋ ਰਹੀ ਸੀ ਸਟੇਜ ਤੇ ਜਾਣ ਦੀ ਬਈ ਕਿਵੇਂ ਡਾਂਸ ਕਰੂੰਗੀ ਕੱਲੀ ਮਤਲਬ ਮੈਂ ਉੱਥੇ ਖੜ ਕੇ ਨੀਚੇ ਹੀ ਰੋਣ ਲੱਗ ਗਈ ਕਿ ਬਈ ਮੇਰੇ ਤੋਂ ਨਹੀਂ ਹੋਣਾ ਕੰਮ ਤੇ ਫਿਰ ਫੈਮਲੀ ਯਾਦ ਆਵੇ ਕਿ ਬਈ ਕੰਮ ਤਾਂ ਕਰਨਾ ਪਊਗਾ ਤੇ ਚਲੋ ਫਿਰ ਮੈਂ ਚੱਲ ਗਈ ਸਟੇਜ ਤੇ ਬਸ ਫਿਰ ਆ ਕੇ ਉਹਨਾਂ ਨੇ ਮੈਨੂੰ ਪੇਮੈਂਟ ਦਿੱਤੀ ਮੈਨੂੰ ਮਿਲੇ ਸੀ ਉਹਨਾਂ ਨੇ 800 ਰੁਪਏ ਦਿੱਤੇ ਸੀ ਸ਼ਾਇਦ ਮੈਨੂੰ ਤੇ 800 ਰੁਪਏ ਦਿੱਤੇ ਉਹ ਪੈਸੇ ਮਤਲਬ ਮੈਨੂੰ ਇੰਨੀ ਖੁਸ਼ੀ ਹੋਈ ਜ਼ਿੰਦਗੀ ਚ ਮਤਲਬ ਇੰਨੀ ਖੁਸ਼ੀ ਕਦੇ ਨਹੀਂ ਹੋਈ ਸੀ ਕਿ ਵੀ ਮੈਨੂੰ 800 ਰੁਪਏ ਮਿਲ ਗਏ ਤੇ ਬਸ ਮੋ ਕਰੇ ਪਚਾਏ ਤੇ ਹੌਲੀ ਹੌਲੀ ਕਰਕੇ ਫਿਰ ਮਤਲਬ ਮੰਮਾ ਕਹਿਣ ਲੱਗ ਗਏ ਬਈ ਉੱਥੇ ਹੀ ਰਹਿਣਾ ਪਊਗਾ ਕਿਉਂਕਿ ਘਰ ਤੋਂ ਕਦੇ ਦੂਰ ਨਹੀਂ ਰਹੇ ਸੀ ਮੈਂ ਕਹਾ ਮੰਮੀ ਉੱਥੇ ਹੀ ਰਹਿਣਾ ਪਊਗਾ ਤੇ ਉਹਨਾਂ ਲਈ ਵੀ ਬਹੁਤ ਔਖਾ ਸੀ ਤੇ ਫੋਨ ਵਗੈਰਾ ਕੁਝ ਨਹੀਂ ਹੁੰਦੇ ਸੀ ਗੱਲ ਵੀ ਘੱਟ ਹੁੰਦੀ ਸੀ ਤੇ ਬਸ ਫਿਰ ਹੌਲੀ ਹੌਲੀ ਕਰਕੇ ਆ ਲਾਈਨ 'ਚ ਪੈ ਗਈ ਸੀ ਮੈਂ ਹੂੰ ਤੇ ਜਣੀ ਇਹ 13 ਸਾਲ ਦੀ ਉਮਰ ਦੇ ਵਿੱਚ ਹੀ ਤੁਸੀਂ ਇਹ ਲਾਈਨ ਅਪਣਾ ਲੰਨੀ ਹੋ ਤੇ 13 ਸਾਲ ਤੋਂ ਲੈ ਕੇ ਹੁਣ ਤੱਕ ਤੁਸੀਂ ਸੰਘਰਸ਼ ਕਰਦੇ ਆ ਉਹਨੇ ਜਿੰਦਗੀ ਇੱਕ ਪਹਿਲੇ ਤੁਸੀਂ ਮੈਨੂੰ ਹੋਰ ਗੱਲ ਵੀ ਦੱਸਦੇ ਸੀ ਕਿ ਬਾਈ ਜਿਹੜੀ ਵੀ ਮੈਂ ਇਨਕਮ ਕਰਦੀ ਆ ਹਨਾ ਉਹਦਾ 50% ਮੇਰੇ ਭਰਾ ਦੀ ਬਿਮਾਰੀ ਤੇ ਲੱਗਦਾ ਤੇ 50% ਮੈਂ ਆਪਦੇ ਘਰ ਦੇ ਹਰਚਾ ਤੋਲ ਹਾਂਜੀ ਇਹ ਮਤਲਬ ਕਿ ਨਾ ਅੱਜ ਤੱਕ ਵੀ ਮੈਂ ਜਿਹੜੀ ਵੀ ਮੈਨੂੰ ਪੇਮੈਂਟ ਮਿਲਦੀ ਆ ਜੋ ਵੀ ਆਈ ਮੀਨ ਮੈਂ ਇਨਾਮ ਵਗੈਰਾ ਕੁਝ ਵੀ ਮਿਲਦਾ ਮੈਂ ਹਮੇਸ਼ਾ ਮੰਮੀ ਦੇ ਹੱਥ ਤੇ ਰੱਖਦੀ ਹੁੰਦੀ ਆ ਪਾਵੇ 5 ਰੁਪਏ ਨੇ ਭਾਵੇਂ 5000 ਨੇ ਮਤਲਬ ਜ਼ਿੰਦਗੀ ਚ ਮੈਂ ਕਦੇ 1 ਰੁਪਿਆ ਨਹੀਂ ਰੱਖਿਆ ਕਿ ਬਈ ਮਤਲਬ ਮੈਂ ਆਪਣੇ ਖਰਚੇ ਲਈ ਪੈਸਾ ਰੱਖਣਾ ਕਦੇ ਵੀ ਨਹੀਂ ਕਿਉਂਕਿ ਮੈਨੂੰ ਪਤਾ ਮੇਰੇ ਘਰ 'ਚ ਅੱਜ ਵੀ ਇੰਨੀਆਂ ਮਜਬੂਰੀਆਂ ਨੇ ਚਲੋ ਹੁਣ ਰੱਬ ਨੇ ਬਾਹ ਫੜ ਲਈਆ ਚਲੋ ਵਧੀਆ ਰੋਟੀ ਪਾਣੀ ਚੱਲ ਰਿਹਾ ਲੇਕਿਨ ਸਭ ਤੋਂ ਮੇਨ ਗੱਲਾਂ ਨਾ ਕਿ ਘਰ 'ਚ ਜੇ ਆਪਣਾ ਪੁੱਤ ਬਿਮਾਰ ਹੋਵੇ ਨਾ ਮਾਦਾ ਕਿਵੇਂ ਮਨੋਖਾ ਰਹਿਣਾ ਤੇ ਉਦਾਂ ਹੀ ਮੇਰਾ ਰਹਿੰਦਾ ਜਦੋਂ ਮੈਂ ਘਰੇ ਜਾਂਦੀ ਹੁੰਦੀ ਹਾਂ ਨਾ ਮਤਲਬ ਫੰਕਸ਼ਨ ਲਾ ਕੇ ਕਦੇ-ਕਦੇ ਘਰ ਜਾਂਦੇ ਆ ਤੇ ਉਹਨਾਂ ਦੀ ਕੰਡੀਸ਼ਨ ਦੇਖ ਕੇ ਮਤਲਬ ਹੋਇਆ ਤਾਂ ਕਦੇ ਜਰੂਰ ਮਿਲਾਵਾਂਗੇ ਤੁਹਾਨੂੰ ਲੇਕਿਨ ਨਾ ਮਤਲਬ ਮੈਂ ਬਿਆ ਵੀ ਨਹੀਂ ਕਰ ਸਕਦੀ ਵੀ ਉਹਨਾਂ ਦੀ ਕਿੰਨੀ ਤबीयत ਖਰਾਬ ਰਹਿੰਦੀ ਆ ਤੇ ਕੋਈ ਹਸਪੀਟਲ ਕੋਈ ਕੁਝ ਅਸੀਂ ਕੁਝ ਨਹੀਂ ਛੱਡਦੇ ਕੋਈ ਇਲਾਜ ਕਰਨਾ ਸਾਰੀ ਸਾਰੀ ਰਾਤ ਉਹ ਬੈਠੇ ਰਹਿੰਦੇ ਆ ਉਹਨਾਂ ਦੀ ਇੰਨੀ ਤਬੀਅਤ ਖਰਾਬ ਰਹਿੰਦੀ ਆ ਤੁਸੀਂ ਮੈਨੂੰ ਇਹ ਗੱਲ ਵੀ ਦੱਸਦੇ ਸੀ ਕਿ ਉਹਨਾਂ ਦੀ ਹੱਥਾਂ ਚੋਂ ਖੂਨ ਹਨਾ ਪੈਰਾਂ ਚੋਂ ਖੂਨ ਤੱਕ ਚੱਲਣ ਲੱਗੇ ਜਾਂ ਹਾਂਜੀ ਹਾਂਜੀ ਉਹਨਾਂ ਜਿਵੇਂ ਆ ਹੱਥ ਹੁੰਦੇ ਆ ਨਾ ਮਤਲਬ ਕਿ ਜਿਹੜੀ ਲਕੀਰਾਂ ਹੁੰਦੀਆਂ ਨੇ ਇਹ ਬਿਲਕੁਲ ਫੱਟ ਜੇ ਜਾਂਦੀਆਂ ਜਿਵੇਂ ਠੰਡ ਦੇ ਵਿੱਚ ਪਲਾਸਟਿਕ ਨਹੀਂ ਤੜਕ ਜਾਂਦਾ ਉਦਾਂ ਮਤਲਬ ਤੇ ਇੱਕ ਕਿਸਾਨ ਦੀ ਉਹਨਾਂ ਨੂੰ ਮਤਲਬ ਕਿ ਬਹੁਤ ਜ਼ਿਆਦਾ ਓਖੇ ਰਹਿੰਦੇ ਆ ਉਹ ਤੇ ਇਲਾਜ ਵੀ ਚੱਲਦਾ ਲੇਕਿਨ ਅੱਜ ਤੱਕ ਉਹ ਠੀਕ ਹੀ ਨਹੀਂ ਹੋਏ ਜਿਹੜੀ ਕਿ ਮਾਇਕ ਮਾਉਣੇ ਉਹ ਸਾਰੀ ਕਰਦੇ ਆ ਤੇ ਪਰਿਵਾਰ ਲਈ ਕਰਾਰੀ ਬਿਲਕੁਲ ਜੀ ਬਿਲਕੁਲ ਕਦੇ ਆਪਣੇ ਸ਼ੌਂਕ ਕਦੇ ਆਪਣਾ ਸਜਾਵਟ ਲਈ ਇਹ ਚੀਜ਼ਾਂ ਪੈਸਾ ਵਰਤੀ ਹੈ ਨਹੀਂ ਜਿਹੜਾ ਕੋ ਸੋਚਦੇ ਨੇ ਉਹੀ ਸੋਚਦੇ ਆ ਮਤਲਬ ਮੈਂ ਆਪਣੇ ਬਾਰੇ ਕਦੇ ਆਈ ਨਹੀਂ ਸੋਚਿਆ ਵੀ ਆਪਣਾ ਮੈਂ ਆਹ ਬਣਾ ਲਾ ਉਹ ਬਣਾ ਲਾ ਮਤਲਬ ਜਿਹੜਾ ਕੁਝ ਕਰਤਾ ਫੈਮਲੀ ਨਹੀਂ ਕਰਤਾ ਲੇਕਿਨ ਮਤਲਬ ਫੈਮਲੀ ਬਹੁਤ ਬਹੁਤ ਮਤਲਬ ਕਿ ਮੈਨੂੰ ਨਹੀਂ ਲੱਗਦਾ ਜਿਵੇਂ ਦੀ ਫੈਮਲੀ ਮੈਨੂੰ ਮਿਲਿਆ ਉਦਾਂ ਦੇ ਕਿਸੇ ਦੀ ਹੋਣੀ ਆ ਤੇ ਵੀਰੀ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਇੱਥੇ ਤੱਕ ਸੌਖੀ ਪਹੁੰਚ ਜਾਂਦੇ ਹੋ ਜਾਂ ਬਹੁਤ ਕੁਝ ਹਟਾਉਣਾ ਪੈਂਦਾ ਤੁਹਾਨੂੰ ਫਸਟਲੀ ਜ਼ਿੰਦਗੀ ਦੀ ਸ਼ੁਰੂਆਤ ਮੈਂ ਆਪਣੇ ਇੱਕ ਸ਼ੌਂਕ ਸੀ ਮੈਨੂੰ ਉਦੋਂ ਭੰਗੜੇ ਦਾ ਜਦੋਂ ਇਹ ਲਾਈਨ ਚ ਪਿਆ ਮੈਂ ਤੇ ਫੈਸਟੀਵਲ ਕਾਲਜ ਲਾਈਫ ਤੇ ਹਨਾ ਫੈਸਟੀਵਲ ਹੁੰਦੇ ਸੀ ਸਕੂਲ ਟਾਈਮ ਪਾਰਟਿਸਪੇਟ ਹੁੰਦੇ ਸੀ ਉਹਨਾਂ ਚ ਪਰਫਾਰਮ ਕਰਨਾ ਇੱਕ ਉਦੋਂ ਮੇਰਾ ਸ਼ੌਂਕ ਸੀਗਾ ਤੇ ਮੈਨੂੰ ਘਰੋਂ ਵੀ ਵਧੀਆ ਫੁੱਲ ਸਪੋਰਟ ਹੁੰਦੀ ਸੀ ਹੋਲੀ-ਹੋਲੀ ਕੀ ਹੋਇਆ ਮੈਨੂੰ ਇੱਕ ਲਾਈਨ ਵਾਲਾ ਇਸ ਸਾਡੀ ਲਾਈਨ ਵਾਲਾ orchestral ਲਾਈਨ ਵਾਲਾ ਮੁੰਡਾ ਮਿਲਿਆ ਉਹ ਮੈਨੂੰ ਕਹਿੰਦਾ ਯਾਰ ਤੂੰ ਭੰਗੜਾ ਵਧੀਆ ਕਰ ਲਾਣਾ ਤੈਨੂੰ ਕਹਿੰਦਾ ਵੀ ਇੱਧਰ ਲੈ ਕੇ ਚੱਲਿਆ ਕਰੂੰਗਾ ਨਾਲ ਤੇ ਮੈਂ ਆਖਿਆ ਵੀ ਚੱਲ ਕੋਈ ਚੱਕਰ ਨਹੀਂ ਕਹਿੰਦੇ ਨਾ ਬੰਦੇ ਦੇ ਕੀੜਾ ਹੁੰਦਾ ਭੰਗੜੇ ਵਾਲਾ ਉਹ ਬਹੁਤ ਮੈਨੂੰ ਨਹੀਂ ਪਤਾ ਵੀ ਕੋਈ ਛੇਤੀ ਛੇਤੀ ਨਿਕਲ ਸਕਦਾ ਹੈ ਨਾ ਕਿਸੇ ਦੇ ਜਿੱਦਾਂ ਮੇਰੇ ਆ ਤੇ ਮੈਂ ਕੰਮ ਕਰਦਾ ਉਹਦੇ ਨਾਲ ਮੈਂ ਚੱਲੇ ਜਾਂਦਾ ਮੈਨੂੰ ਉਹ ਸ਼ਾਮ ਨੂੰ 3-400 ਰੁਪਏ ਦੇ ਦਾਂਦਾ ਸੀ ਕਿਉਂ ਕਰਦਾ ਮੈਂ ਘਰਦਿਆਂ ਤੋਂ ਮੰਗ ਮੰਗਦਾ ਨਹੀਂ ਹੁੰਦਾ ਸੀ ਉਸ ਟਾਈਮ ਕਿਉਂਕਿ ਮੈਂ ਇਹ ਕੰਮ ਲੱਗ ਗਿਆ ਸੀ ਜਦੋਂ ਮੈਨੂੰ ਪਹਿਲਾਂ ਤਾਂ ਸ਼ੌਂਕ ਸੀ ਸ਼ੌਂਕ ਪੂਰਾ ਕਰਨ ਦੇ ਮੁਤਾਬਕ ਹੀ ਲੱਗਿਆ ਯਾਰ ਕਰੀ ਜਾਂਦੇ ਆ ਦਿਨ 400 ਰੁਪਏ ਬਣਦਾ ਵੀ ਦਿੱਲੀ ਦਾ ਆਪਦਾ ਕਾਲਜ ਜਾਂਦੇ ਆ ਖਾ ਪੀ ਲਾ ਨੇ ਆ ਵੀ ਤੁਹਾਨੂੰ ਪਤਾ ਹੀ ਆ ਨਾ ਮੁੰਡਿਆਂ ਦੀ ਜਦੋਂ ਨਵੀਂ ਰੇਸ਼ਨ ਚ ਕੀ ਹੁੰਦਾ ਹੁੰਦਾ ਤੇ ਹੌਲੀ ਹੌਲੀ ਉਹ ਲਾਈਨ ਚ ਮੈਂ ਵੜਦਾ ਗਿਆ ਕਾਲਜ ਪ੍ਰਾਈਵੇਟ ਕਰਤਾ ਸਕੂਲ ਪ੍ਰਾਈਵੇਟ ਕਰਤਾ ਜੋ ਵੀ ਹਨਾ ਹੁੰਦਾਗਾ ਤੇ ਉਸ ਤੋਂ ਬਾਅਦ ਅਸੀਂ ਪੰਗੜਾ ਕਰਨੇ ਜਾਂਦੇ ਹੁੰਦੇ ਮੈਨੂੰ 500 600 ਉਹ ਬਦਲਣ ਲੱਗ ਗਿਆ ਉਸ ਵਾਜਾ ਪੈ ਗਿਆ ਕੰਮ ਦਾ ਮਹਾ ਯਾਰ ਕਿਹਾ ਬੱਲੇ ਨਾਲੇ ਦਾ ਚੰਗਾ ਖਾਣੇ ਪੀਣੇ ਆ ਤੇ ਨਾਲੇ ਚੰਗਾ ਮਹਾ ਕੰਮ ਕਰਕੇ ਆਉਣੇ ਆ ਤੇ ਵਧੀਆ ਮਹਾ 7-800 ਰੁਪਏ ਬਣ ਵੀ ਜਾਂਦਾ ਤੇ ਕਰਦੇ ਆ ਤੁਵੇਂ ਮੰਗਦਾ ਨਹੀਂ ਕਰਦੇ ਮੈਨੂੰ ਕਹਿ ਲਾਂਗੇ ਤੂੰ ਕਰਨ ਕੀ ਲੱਗਿਆ ਮੈਂ ਤੁਹਾਨੂੰ ਦੱਸੂਗਾ ਮੈਂ ਐਂਦਾ ਦੱਸਿਆ ਨਹੀਂ ਚੋਰੀ ਰੱਖੀ ਚੀਜ਼ ਦੀ ਹਾਂ ਕਰਦੇ ਨੇ ਚੋਰੀ ਰੱਖੀ ਵੀ ਮੈਂ ਹੁਣ ਦੱਸਿਆ ਤਾਂ ਇਹ ਨਹੀਂ ਵੀ ਕਰਿਆ ਆਹ ਕੰਮ ਕਰਨ ਲੱਗਿਆ ਤੇ ਚਲੋ ਮੰਮੀ ਹੋਰੇ ਕਹਿੰਦੇ ਵੀ ਚਲ ਠੀਕ ਆ ਵੀ ਡੈਡੀ ਇਹਨੂੰ ਕਹਿ ਦਿੰਦੇ ਵੀ ਚਲ ਸ਼ੌਂਕ ਚੱਲੀ ਜਾਂਦਾ ਤੁਹਾਨੂੰ ਪਤਾ ਜੱਟਾਂ ਦਾ ਮੁੰਡਾ ਹੋਣ ਕਰਕੇ ਵੀ ਕਹਿਣ ਲੱਗੇ ਇੱਕ ਦਿਨ ਐਕਚੁਅਲੀ ਪਤਾ ਲੱਗਿਆ ਅੱਛਾ ਪਤਾ ਕਿਵੇਂ ਲੱਗਿਆ ਮੇਰਾ ਯਾਰ ਦੋਸਤ ਸੀਗਾ ਉਹਨੇ ਨਾ ਵੀਡੀਓ ਪਾ ਰੱਖੀਆਂ ਥੋਡੀਆਂ ਸਾਡੀਆਂ ਹਾਂ ਤੇ ਮੈਂ ਉਹਦਾ ਸਾਈਡ ਤੇ ਫਰਲਾ ਪੱਗ ਬਨ ਕੇ ਨੱਚਦੀ ਹੁੰਦੀ ਸੀ ਤੇ ਉਹਨਾਂ ਨੇ ਵੀਡੀਓ ਪਾ ਰੱਖੀਆਂ ਤੇ ਘਰ ਦੇ ਮੈਨੂੰ ਕਹਿੰਦੇ ਆ ਕੀ ਕਰਨ ਲੱਗਿਆ ਤੂੰ ਪੁੱਠੇ ਸਿੱਧੇ ਕੰਮ ਤੁਹਾਨੂੰ ਪਤਾ ਘਰ ਦੇ ਬਹੁਤ ਕੁਝ ਕਹਿੰਦੇ ਆ ਡੈਡੀ ਹਨਾ ਕੰਜੜੀ ਨੀ ਕਿਹਾ ਕੰਜਰ ਗੇਤਿਆਂ ਚ ਪੈ ਗਿਆ ਤੂੰ ਲੱਗਿਆ ਹੁਣ ਕੰਜਰਾਂ ਨਾਲ ਲੜੇਗਾ ਮੈਂ ਤਾਂ ਪਹਿਲਾਂ ਪਤਾ ਸੀ ਵੀ ਐ ਕਰੂਗਾ ਐ ਕਰੂਗਾ ਵੀ ਨਾ ਤੋੜਿਆ ਕਰੋ ਅਣਾ ਤੁਹਾਨੂੰ ਪਤਾ ਪੇਰੈਂਟਸ ਜਿਵੇਂ ਆਪਣੇ ਜੱਟ ਜੀਮੀਦਾਰਾਂ ਦੇ ਹੁੰਦੇ ਆ ਨਾ ਕਹਿਣ ਵਾਲੇ ਤੇ ਮੈਂ ਡੈਡੀ ਨੂੰ ਆਖਿਆ ਮਾ ਮੈਂ ਸੁੱਤੋਂ ਅੱਜ ਤੱਕ ਮੈਨੂੰ ਲਾਈਨ 'ਚ ਬੜ ਗਈ 6-7 ਮਹੀਨੇ ਮੈਂ ਮਾ ਮੈਂ ਸੁੱਤੋਂ ਕੁਝ ਮੰਗਿਆ ਕਹਿੰਦੇ ਮੰਗਿਆ ਤਾਂ ਹੈ ਨਹੀਂ ਮਾ ਮੇਰ ਮੈਂ ਆਪਦਾ ਖਰਚਾ ਚਲਾਈ ਜਾਣਾ ਚੱਲੀ ਜਾਂਦੇ ਚਲ ਮੰਮੀ ਉਹਨਾਂ ਨੂੰ ਆਏ ਸੀ ਵੀ ਤਾਂ ਨਾਰਮਲੀ ਆ ਹਨਾ ਵੀ ਚਲ ਚੱਲੀ ਜਾਂਦੇ ਭੈਣ ਹੋਰੀ ਨੂੰ ਇੰਨਾ ਇਗਨੋਰ ਜੇ ਕਰ ਦਾਂਦੇ ਸੀ ਵੀ ਚੱਲਾ ਇਹਦਾ ਸ਼ੌਂਕ ਪੂਰਾ ਹੋ ਜਾਂਦਾ ਹੋਈ ਜਾਂਦੇ ਉਹ ਸ਼ੌਂਕ ਤੋਂ ਹੌਲੀ-ਹੌਲੀ ਰਜਗਾਰ ਬਣ ਗਿਆ ਕਿੱਤਾ ਬਣ ਗਿਆ ਨਾ ਆ ਘਰੋਂ ਘਰ ਦੀ ਥੋੜੀ ਜੀ ਕੰਡੀਸ਼ਨ ਲੋ ਗਈ ਸੀ ਪਾਪਾ ਕਰਕੇ ਤੇ ਕੀ ਦਿੱਕਤ ਹੋ ਗਈ ਐਕਸੀਡੈਂਟ ਹੋ ਗਿਆ ਸੀ ਪਾਪਾ ਦਾ ਹਨਾ ਉਹਦੇ ਕਰਕੇ ਬਸ ਉਹ ਲਾਈਨ ਨੂੰ ਉਹੋ ਜੀ ਛੱਡੀ ਮੈਂ ਘਰੋਂ ਖਰਚਾ ਮੰਗਣਾ ਛੱਡਤਾ ਆਪ ਦੇ ਆਪ ਤੇ ਡਿਪੈਂਡ ਹੋ ਗਏ ਵੀ ਹਾਂ ਯਾਰ ਆਪ ਕਮਾਉਣਾ ਆਪ ਹੀ ਖਾਣਾ ਹਨਾ ਭੈਣ ਭਰਾ ਸਾਰੇ ਉਹ ਆਪਣੇ ਆਪ ਤੇ ਹੋ ਗਏ ਵੀ ਚੱਲ ਵਧੀਆ ਚੱਲੀ ਜਾਂਦਾ ਤੇ ਇਹ ਜਾ ਚੱਲਿਆ ਲਾਈਨ ਬਿਲਕੁਲ ਜੁਮਾ ਅੰਦਰ ਵੜ ਗਿਆ ਮੈਂ ਲਾਈਨ ਦੇ ਪੜ੍ਹਾਈ ਸੀ ਸਾਰੀ ਪ੍ਰਾਈਵੇਟ ਪੜ੍ਹੇ ਕਿੰਨੇ ਵੀਰੇ ਤੁਸੀਂ ਮੈਂ ਪਲੱਸ 2 ਕਲੀਅਰ ਗ੍ਰੈਜੂਏਸ਼ਨ ਚੱਲ ਰਹੀ ਹੈ ਮੇਰੀ ਅੱਛਾ ਪੜ੍ਹ ਰਹੇ ਹਲੇ ਹਾਂ ਪੜ੍ਹ ਰਹੇ ਹਾਜੀ ਵੀ ਤੇ ਇਹੋ ਜੀ ਚੁਣੀ ਲਾਈਨ ਬਸ ਰੋਜ਼ਗਾਰ ਬਣ ਗਿਆ ਹੁਣ ਛੱਡ ਨਹੀਂ ਸਕਦੇ ਕਿਉਂ ਨਹੀਂ ਛੱਡ ਸਕਦੇ ਪਹਿਚਾਨ ਇੰਨੀ ਬਣ ਗਈ ਪਹਿਲਾਂ ਇਹ ਸੋਚਿਆ ਸੀ ਵੀ ਚੱਲ ਸਕਸ ਹੋ ਕੇ ਹਨਾ ਵੀ ਇਹ ਛੱਡ ਦਾਂਗੇ ਲਾਈਨ ਬਟ ਹੁਣ ਛੱਡੀ ਨਹੀਂ ਜਾਂਦੀ ਹੁਣ ਮੈਂ ਜੇ ਅਸੀਂ ਚਾਹੀਏ ਵੀ ਮੈਂ ਤਾਂ ਵੀ ਨਹੀਂ ਛੱਡ ਸਕਦਾ ਨਸ਼ੇ ਵਾਂਗੂ ਟੋੜ ਲੱਗਦੀ ਟੋੜ ਲੱਗਦੀ ਤੁਸੀਂ ਦੋਨੇ ਇਕੱਠੇ ਕਿਵੇਂ ਹੋਣੇ ਇਹ ਜੋੜੀ ਬਣਦੀ ਕਿਵੇਂ ਬਲਾਸਟਰ ਜੋੜੀ ਏ ਕਾਜਲ ਦਾ ਤੀਜਾ ਤੀਜਾ ਚੌਥਾ ਫੰਕਸ਼ਨ ਸੀ ਕਾਜਲ ਸਰਸੇ ਕੰਮ ਕਰਦੀ ਸੀ ਨੇ ਦੱਸਿਆ ਹੀ ਆ ਨਾ ਤੇ ਸਰਸੇ ਮੈਂ ਉਦੋਂ ਟੀਮ ਚ ਕੰਮ ਕਰਦਾ ਇੱਕ ਟੀਮ ਵਰਕ ਕੰਮ ਹੁੰਦਾ ਹਣਾ ਛੇ-ਸੱਤ ਮੁੰਡੇ ਕੰਮ ਕਰਦੇ ਸੀ ਤੇ ਉੱਥੇ ਮੈਂ ਗਿਆ ਹੋਇਆ ਸੀ ਕਾਜਲ ਆਈ ਹੋਈ ਸੀ ਤੇ ਕਾਜਲ ਉਹ ਤੋਂ ਕਾਜਲ ਦਾ ਫਾਸਟ ਰੱਖਿਆ ਹੋਇਆ ਸੀ ਬਰਤ ਰੱਖਿਆ ਹੋਇਆ ਸੀ ਤੇ ਕੁਝ ਆ ਨਹੀਂ ਰਿਹਾ ਸੀ ਪਹਿਲਾਂ ਚੋਣਾ ਖਾਨ ਪੀਣੋਂ ਇਹ ਸੇਬ ਵਗੈਰਾ ਖਾ ਰਹੀ ਸੀ ਮੈਂ ਤਾਂ ਸੇਬ ਮੰਗਦਾ ਸੇਬ ਮੰਗਿਆ ਤੇ ਇਹਨੂੰ ਮੈਂ ਪੁੱਛੇ ਮਾਂ ਤੁਸੀਂ ਇਹ ਲਾਈਨ 'ਚ ਨਵੇਂ ਹੋ ਇਹਨੇ ਚੰਗੀ ਤਰ੍ਹਾਂ ਗੱਲ ਜੀ ਨਹੀਂ ਕੀਤੀ ਕਿਉਂ ਨਹੀਂ ਕੀਤੀ ਵੀ ਇਹਨੂੰ ਪਤਾ ਨਹੀਂ ਸੀ ਮੁੰਡੇ ਹਨਾ ਕੀ ਕਰ ਰਹੇ ਨੇ ਕਿਦਾਂ ਦਾ ਸੋਚਦੀ ਆ ਕੁੜੀ ਹਰ ਇੱਕ ਕੁੜੀ ਸੋਚਦੀ ਆ ਤੇ ਜਿਹੜੀ ਇਹਦੇ ਨਾਲ ਵਾਲੀ ਫਰੈਂਡ ਸੀ ਉਹਨੇ ਕਿਹਾ ਸੀ ਵੀ ਬੇਟਾ ਤੂੰ ਇਦਾਂ ਗੱਲ ਨਹੀਂ ਕਰਨੀ ਕਿਸੇ ਨਾਲ ਇਹ ਲਾਈਨ ਵਾਲੇ ਇਦਾਂ ਹੁੰਦੇ ਨੇ ਇਦਾਂ ਹੁੰਦੇ ਨੇ ਹਨਾ ਤੇ ਚਲ ਮੈਂ ਇਹਨੂੰ ਫੇਰ ਵੀ ਕੁਛ ਆਪਾਂ ਕਿਉਂ ਮਾੜਾ ਸੋਚੇ ਨਹੀਂ ਸੀ ਤੇ ਮੈਂ ਇਹਨੂੰ ਕਿਹਾ ਮਖਿਆ ਵੀਰਾ ਜੇ ਕੋਈ ਚੱਕਰ ਨਹੀਂ ਮੈਂ ਕੰਮ ਕਰਦਾ ਟੀਮ ਵਰਕ ਦੇ ਤੌਰ ਤੇ ਜੇ ਤੈਨੂੰ ਕੋਈ ਕੰਮ ਦੀ ਲੋੜ ਆ ਜੇ ਤੂੰ ਨਵੀਂ ਆਈਆਂ ਹਨਾ ਵੀ ਮੈਨੂੰ ਵੀ ਪਤਾ ਵੀ ਸਾਡੀ ਲਾਈਨ ਦਾ ਕੀ ਆ ਲਾਈਨ 'ਚ ਕੀ ਚੱਲਦਾ ਕੀ ਨਹੀਂ ਵੀ ਤੂੰ ਲਾਈਨ 'ਚ ਆਈਆਂ ਤਾਂ ਮੈਨੂੰ ਕਾਲ ਕਰੀ ਇੱਕ ਤਰ੍ਹਾਂ ਇਹਨੇ ਇਗਨੋਰ じゃ ਕਰਤਾ ਵੀ ਇਹਦਾ ਐਵੇਂ ਹੀ ਕਰੀ ਜਾਂਦਾ ਹਨਾ ਤੇ ਚਲੋ ਕੁਝ ਫੰਕਸ਼ਨ ਟੱਪਿਆ ਲਾਸਟ ਤੇ ਐਂਡ ਤੇ ਨਾ ਮੈਨੂੰ ਕਿਹਾ ਮਾ ਇੱਕ ਵਾਰ ਬੇਟਾ ਕਾਲ ਕਰੀ ਵੀ ਕੰਮ ਦੇ ਤੌਰ ਤੇ ਤੇ ਨਾਲ ਗੱਲ ਕਰਨੀ ਆ ਚਲ ਇਹਨੇ ਦਰਦੀ ਦਰਦੀ ਨੇ ਤੀਜੇ ਚੌਥੇ ਦਿਨ ਕਾਲ ਕਰਦੀਆਂ ਹਨਾ ਤੇ ਕਾਲ ਕਰਕੇ ਮੇਰੇ ਕੋਲ ਇਹਨੇ ਕਹਿੰਦੇ ਕਹਿੰਦੀ ਸਰ ਮੈਂ ਤੁਹਾਡੇ ਕੋਲੇ ਕੰਮ ਕਰਨ ਆਉਣਾ ਮੈਂ ਕਿਹਾ ਕੋਈ ਗੱਲ ਨਹੀਂ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਅਸੀਂ ਇੰਨੀ ਕੁ ਪੇਮੈਂਟ ਦੇ ਸਕਦੇ ਹਾਂ ਉਹ ਮੈਂ ਇਹਨੂੰ 13-1400 ਰੁਪਏ ਤੇ ਯੈਸ ਕਰਤੀ ਸੀ ਵੀ ਤੈਨੂੰ ਮੈਂ ਇੰਨੀ ਕੁ ਪੇਮੈਂਟ ਦੇ ਸਕਦਾ ਸਾਨੂੰ ਅੱਗੋਂ ਮਿਲਦੀ ਹੁੰਦੀ ਸੀ 1600-1700 ਇਦਾਂ ਤੇ ਚੱਲ ਇਹਨੇ ਡਨ ਕਰਤੀ ਕਹਿੰਦੀ ਕੋਈ ਗੱਲ ਨਹੀਂ ਸਰ ਮੈਨੂੰ ਇੱਥੇ 1000 ਰੁਪਏ ਮਿਲਦੀ ਹੈ ਤੁਸੀਂ 13-1400 ਦੇ ਰਹੇ ਹੋ ਤਾਂ ਮੈਂ ਕਰ ਲੂੰ ਕੰਮ ਤੇ ਆਉਂਦੀ ਆ ਸਾਡੇ ਕੋਲੇ ਅਸੀਂ ਕੰਮ ਕਰਦੇ ਆਂ ਤੇ ਇਹਦੀ ਮੰਮੀ ਨੂੰ ਉਹ ਬੰਦਾ ਬਹੁਤ ਕੁਝ ਕਹਿੰਦਾ ਤੁਸੀਂ ਮੁੰਡੇ ਕੋਲੇ ਇਦਾਂ ਹੀ ਭੇਜਤੀ ਜਾਣ ਪਛਾਨ ਤੋਂ ਬਿਨਾ ਸਾਡੀ ਲਾਈਨ ਆਏ ਆ ਉਹਨੇ ਬਹੁਤ ਕੁਝ ਕਿਹਾ ਹਨਾ ਇਹਦੀ ਮੰਮੀ ਨਾਲ ਮੈਂ ਗੱਲ ਕੀਤੀ ਹੈ ਨਾ ਮੈਂ ਕਿਹਾ ਵੀ ਐਂਟੀ ਕੋਈ ਗੱਲ ਨਹੀਂ ਇਦਾਂ ਦੀ ਕੋਈ ਇਸ਼ੂ ਨਹੀਂ ਤੁਸੀਂ ਇੱਕ ਵਾਰ ਆ ਕੇ ਦੇਖੋ ਇੱਥੇ ਕੁੜੀਆਂ ਰਹਿੰਦੀਆਂ ਹਨਾ ਪਰਿਵਾਰਕ ਰਿਲੇਸ਼ਨ ਵਾਲੇ ਬੰਦੇ ਰਹਿੰਦੇ ਨੇ ਮਾਹ ਕੋਈ ਇਸ਼ੂ ਨਹੀਂ ਤੁਸੀਂ ਇੱਕ ਵਾਰ ਕੰਮ ਕਰਾ ਕੇ ਦੇਖੋ ਹਨਾ ਬਾਕੀ ਤੁਹਾਡੀ ਬੇਟੀ ਦੱਸ ਦੂ ਵੀ ਅਸੀਂ ਕਿਦਾਂ ਦੇ ਕਿਦਾਂ ਦੇ ਨਹੀਂ ਤੇ ਕਾਜਲ ਤਕਰੀਬਨ 3 ਕ ਮਹੀਨ੍ਹ ਰਹਿੰਦੀ ਹੈ ਸਾਡੇ ਕੋਲੇ ਚੱਲ ਇਹਦੇ 2 ਰੁਪਏ ਜੁੜ ਜਾਂਦੇ ਹੈ ਘਰੇ ਜਾਂਦੇ ਹਨਾ ਪਕਾਇਦਾ ਇਹਦੀ ਮੰਮੀ ਕਹਿ ਦਿੰਦੀ ਆ ਬੇਟਾ ਕੋਈ ਇਸ਼ੂ ਨਹੀਂ ਮੰਮੀ ਆਉਂਦੀ ਆ ਬੈੰਨੇ ਅਸੀਂ ਫੈਮਲੀਾਂ ਤੱਕ ਬਰਤਨ ਲੱਗੇ ਨੇ ਇੱਕ ਦੂਜੇ ਦੇ ਤੇ ਕਾਜਲ ਇੱਕ ਸਾਲ ਸੋਲੋ ਕੰਮ ਕਰਦੀ ਆ ਗਰੁੱਪ ਤੋਂ ਬਿਨਾ ਤੇ ਮੈਂ ਉਹਦੇ ਗਰੁੱਪ 'ਚ ਕੰਮ ਕਰਦਾ ਸੀ ਗਰੁੱਪ 'ਚ ਅਸੀਂ ਕੰਮ ਤਾਂ ਨਹੀਂ ਕਰ ਸਕਦੇ ਸੀ ਉਦੋਂ ਕਾਜਲ ਥੋੜੀ ਜੀ ਵੀਕ ਸੀਗੀ ਉਹ ਗਰੁੱਪ ਮੁਤਾਬਕ ਕੰਮ ਨਹੀਂ ਕਰ ਸਕਦੀ ਸੀ ਤੇ ਚੱਲ ਇਹਨੂੰ ਨਾਲ ਅਸੀਂ ਸ਼ਾਮ ਨੂੰ ਮੈਂ ਕੰਮ ਤੋਂ ਆਉਂਦਾ ਇਹ ਕੰਮ ਤੇ ਆਉਂਦੀ ਇਹ ਮੈਨੂੰ ਕਹਿਣ ਲੱਗੇ ਨੇ ਤੂੰ ਮੈਨੂੰ ਕੰਮ ਸਿਖਾ ਕੰਮ ਕਰਨਾ ਅਸੀਂ ਇਕੱਠੇ ਕੰਮ ਕਰਾਂਗੇ ਆਪਾਂ ਤੇ ਅਸੀਂ ਰੈਸਲ ਕਰਦੇ ਰਾਤ 11 ਵਜਾਂ ਦੇ 12 ਵਜਾਂ ਦੇ ਅਸੀਂ ਕਿਉਂ ਹੈ ਨਾ ਇੱਕ ਦੂਜੇ ਨਾਲ ਇਕੱਠੇ ਕੰਮ ਕਰਨ ਲੱਗ ਗਏ ਤੇ ਮੈਨੂੰ ਆਖਿਆ ਮੰਮੀ ਨੇ ਮੰਮੀ ਨੇ ਯੂਜ਼ ਕੀਤਾ ਕਿਹਾ ਇਹ ਗੱਲ ਕਹਿੰਦੀ ਬੇਟਾ ਤੁਸੀਂ ਡਰੈਸ ਮਾਓ ਇੱਕੋ ਜੀ ਸੇਮ ਤੇ ਮੰਮੀ ਨੇ ਕੱਪੜਾ ਲੈ ਕੇ ਦਿੱਤਾ ਸੋਨੀ ਬਾਤ ਤੋਂ ਸਾਨੂੰ ਇਹ ਡਰੈਸ ਸਮਾਈ ਨਾ ਅਸੀਂ ਜਿਹੜੇ ਬੰਦੇ ਕੋਲੇ ਕੰਮ ਕਰਦੇ ਸੀ ਉਹਨੂੰ ਦਿਖਾਈ ਅਸੀਂ ਕਿ ਅਸੀਂ ਸੇਮ ਡਰੈਸ ਸਮਾਈ ਉਹਨੇ ਜੈਲਸੀ ਫੀਲ ਕੀਤੀ ਉਹਨੇ ਜੈਲਸੀ ਫੀਲ ਕੀਤੀ ਕਹਿੰਦਾ ਹੂੰ ਐਂਜੇ ਕਰਕੇ ਕਹਿੰਦਾ ਸੋਹਣੀ ਨਹੀਂ ਲੱਗਦੀ ਤੇ ਹੁਣ ਸਾਨੂੰ ਤਾਂ ਬਦਲ ਸੀ ਵੀ ਕਾਜਲ ਨਹੀਂ ਸੁਣੀ ਲੱਗਦੀ ਹਨ ਤੇ ਮੈਂ ਉਹਨੂੰ ਕਹਿਣ ਲੱਗਿਆ ਮਾਹ ਵੀਰੇ ਕਾਜਲ ਨੇ ਸੋਲੋ ਕੰਮ 1 ਸਾਲ ਕਰ ਲਿਆ ਵਧੀਆ ਚੱਲਣ ਲੱਗ ਗਈ ਹਨਾ ਵੀ ਯਾਰ ਕਿਉਂ ਨਾ ਆਪਾਂ ਗਰੁੱਪ ਚ ਰੱਖ ਲਈਏ ਇਹਨੂੰ ਤੇ ਉਹ ਕਹਿੰਦਾ ਯਾਰ ਮੈਨੂੰ ਪੇਮੈਂਟ ਆਣੀ ਭਰਦੇ ਲੋਕ ਆਏ ਆਏ ਆ ਬਹੁਤ ਕੁਝ ਕਿਹਾ ਬਹਾਨੇ ਜਿ ਲਾਏ ਵੀ ਕਿਤੇ ਇਹ ਕਾਜਲ ਗਰੁੱਪ ਚ ਨਾ ਕੰਮ ਕਰਨ ਲੱਗੇ ਚਲੋ ਫੇਰ ਵੀ ਮੈਂ ਹਟਿਆ ਨਹੀਂ ਜਿਹੜੀ ਲਾਈਨ ਦੇ ਕਹਿੰਦੇ ਪਿੱਛੇ ਪੈ ਜਾ ਮੇਰੀ ਆਦਤ ਆ ਮੈਂ ਛੱਡਦਾ ਨਹੀਂ ਹੁੰਦਾ ਆਪਣੇ ਮੁਕਾਮ ਨੂੰ ਪਾਈ ਬਣਾ ਮੈਂ ਕਾਜਲ ਨੂੰ ਮੈਂ ਅੱਡ ਅਲੱਗ ਤੋਂ ਬੁਕਿੰਗਾਂ ਫੜਨ ਲੱਗ ਗਿਆ ਆਪਦੀਆਂ ਕੰਨ ਲੱਗਿਆ ਵੀ ਮੇਰਾ ਗਰੁੱਪ ਕੁੜੀ ਆਉਗੀ ਵਿੱਚ ਮੇਨ ਹਣਾ ਗਰੁੱਪ ਦੇ ਤੇ ਅਟੈਚ ਅਸੀਂ ਡਰੈਸਾਂ ਸਮਾਲ ਲੀਆਂ ਇੱਕੋ ਜਿਹਾ ਕੰਮ ਕਰਨ ਲੱਗੇ ਸਾਨੂੰ ਵਧੀਆ ਕੰਮ ਚੱਲਣ ਲੱਗ ਗਿਆ ਉਹਨੋਂ ਕੀ ਹੋਇਆ ਜਦੋਂ ਉਹਨੂੰ ਪਤਾ ਲੱਗ ਗਿਆ ਬੰਦੇ ਨੂੰ ਵੀ ਮੇਰੇ ਹੱਥ ਚ ਉਹੇ ਹੁਣ ਜਾਣਗੇ ਤੇ 22000 ਰੁਪਏ ਕਾਜਲ ਦਾ ਸੀ 40-42000 ਰੁਪਏ ਮੇਰਾ ਸੀ 60-68000 ਰੁਪਏ ਸੀ ਸਾਡਾ 6 ਮਹੀਨਿਆਂ ਦੀ ਜਿਹੜੀ ਸੀਜ਼ਨ ਦੀ ਹੁੰਦੀ ਸੀ ਉਹਦਾ ਇੰਨਾ ਕੀ ਕਮਾਉਂਦੇ ਸੀਗੇ 6 ਮਹੀਨਿਆਂ ਜਦੋਂ حساب ਲਾਵਾਂ ਲੋ 6-7 ਮਹੀਨਿਆਂ ਚ ਉਹਨੇ ਗੀਤਾ ਵੀ ਜੀ ਬਾਉਂਡ ਕਰ ਲਏ ਪੈਸੇ ਰੋਕ ਲਏ ਉਹ ਕਹਿੰਦਾ ਮੇਰੇ ਕੋਲੇ ਅਗਲੇ ਸਾਲ ਦਾ ਐਗਰੀਮੈਂਟ ਪਰੋ ਕਾਜਲ ਦੀ ਉਦੋਂ 17 ਸਾਲ ਦੀ 16 ਸਾਲ ਦੀ ਏਸੀ 16 ਸਾਲ ਦੀ ਏਸ ਕਰਕੇ ਇੱਕ ਨਾਲੇ ਨਾਂ ਵਾਲਗ ਹੋਣ ਦੇ ਕਰਕੇ ਉਹਨੇ ਪਹਿਲਾਂ ਵੀ ਸਾਥੋਂ ਐਗਰੀਮੈਂਟ ਕਰਵਾ ਲਿਆ ਸੀ ਚਲੋ ਮੈਂ ਇਹਨੂੰ ਆਖਿਆ ਮਾਹਾਂ ਵੀ ਇਹ ਕਹਿੰਦੀ ਕਾਜਲ ਕਹਿੰਦੀ ਜੇ ਆਪਾਂ ਨੂੰ ਪੈਸੇ ਤਾਂ ਹੁਣ ਵਾਲੇ ਨਹੀਂ ਦੇ ਰਿਹਾ ਜੇ ਐਗਰੀਮੈਂਟ ਕਰਾ ਲਿਆ ਨਾਲ ਦਾ ਸਾਰਾ ਸਾਲ ਕੰਮ ਕਰਵਾਊਗਾ ਨਾਲੇ ਨੇ ਅਗਲੀ ਪੇਮੈਂਟ ਨਹੀਂ ਦੇਣੀ ਚਲੋ ਜੀ ਇਹਨੇ ਅਸੀਂ ਡਰਦੇ ਡਰਾਉਂਦਿਆਂ ਨੇ ਅਸੀਂ ਕੋਈ ਬੰਦਾ ਸੀ ਸਾਡਾ ਰਿਲੇਟਿਵ ਉਹਦੇ ਨਾਲ ਗੱਲ ਕੀਤੀ ਅਸੀਂ ਥਾਣੇ ਰਿਪੋਰਟ ਦਿੱਤੀ ਥਾਣੇ 'ਚ ਕੀ ਹੋਇਆ ਉਹ ਬੰਦੇ ਨੇ ਸੌ ਚੱਕ ਕੇ ਕਹਿਤਾ ਕਹਿੰਦਾ ਵੀ 20/1000 ਰੁਪਏ ਮੈਂ ਕਾਜਲ ਦਾ ਹੁੰਡੇ ਦਾ ਨਾ ਜਿਹੜੇ ਬੀਤਦੇ ਹੋਣਗੇ ਉਹ ਮੈਂ ਥੋੜੇ ਦਿਨ ਰੁੱਕੇ ਦੇ ਦੂੰਗਾ ਹੂੰ ਚਲੋ ਸਾਨੂੰ ਬਲੀਵ ਹੋ ਗਿਆ ਚਲ 20/2000 ਰੁਪਏ ਜਦੋਂ ਆ ਗਿਆ ਜਦੋਂ ਬੰਦੇ ਨੇ ਐਸੇ ਕਰਤੀ ਹੈਨਾ ਤੇ ਇਹਨੇ ਪੈਸੇ ਦਿੱਤੇ ਤੇ ਅਸੀਂ ਉਥੋਂ ਕਿਤੇ ਗੱਲ ਹੋਰ ਕਰ ਲਈ ਕੰਮ ਦੀ ਅਸੀਂ ਮੋੜ ਮੰਡੀ ਆ ਕੇ ਰਹਿਣ ਲੱਗੇ ਮੋੜ ਕੰਮ ਕਰਨ ਲੱਗੇ ਕੰਮ ਕਰਨ ਲੱਗੇ ਉੱਥੇ ਸੇਮ ਡਰੈੱਸਾਂ ਬਣਵਾਲੀਆਂ ਉੱਥੋਂ ਕੀ ਹੋਇਆ ਕਿਉਂ ਨਵੇਂ ਆਏ ਸੀ ਏਰੀਏ 'ਚ ਕੰਮ ਦਾ ਬਹੁਤ ਫਰਕ ਪੈ ਜਾਂਦਾ ਤੇ ਪਾਰਟੀਆਂ ਨੂੰ ਟੁੱਟ ਕੇ ਫੋਨ ਕਰਦਾ ਬੀਬੀ ਜੀ ਅਸੀਂ ਆਵਾਂਗੇ ਪਾਰਟੀ ਵਾਲੇ ਕਹਿੰਦੇ ਵੀ ਇਸ ਤਾਂ 2500 ਦਵਾਂਗੇ 3000 ਦਵਾਂਗੇ ਦੋਨਾਂ ਦਾ ਤੇ ਮੈਂ ਕਹਿੰਦਾ ਨਾ ਵੀਰ ਜੀ ਅਸੀਂ ਆਵਾਂਗੇ ਕਹਿੰਦੇ ਕਹਿੰਦੇ ਬਸ ਤੇ ਚੜ ਕੇ ਆਜੋ ਤੇ ਉਦੋਂ ਮੇਰੇ ਕੋਲੇ ਮੋਟਰਸਾਈਕਲ ਸੀ ਤੇ ਕਹਿੰਦੇ ਮੋਟਰਸਾਈਕਲ ਤੇ ਆਜੋ ਅਸੀਂ ਡੇਲੀ 2250 ਸਫਰ ਕਲੀਅਰ ਕਰਨਾ ਤੈਅ ਕਰਕੇ ਫੰਕਸ਼ਨ ਤੇ ਪਹੁੰਚਣਾ ਜੇ ਕਿਤੇ ਸੋਚ ਲਾਂਦੇ ਵੀ ਯਾਰ ਅੱਜ 500 ਦਾ ਤੇਲ ਮੱਚੂਗਾ ਮੋਟਰਸਾਈਕਲ 'ਚ ਹਨਾ ਵੀ ਆਪਣਾ ਕਿਰਾਇਆ ਕਿੰਨਾ ਲੱਗਣਾ 100 ਰੁਪਏ ਲੱਗਣਾ ਜਾਂ 150 ਲੱਗਣਾ ਅਸੀਂ ਬਸ ਤੇ ਚੜ ਜਾਂਦੇ ਅਸੀਂ ਪੈਲਸ ਕੋਲੇ ਜਾ ਕੇ ਉਤਰ ਜਾਂਦੇ ਫੰਕਸ਼ਨ ਲਾਉਂਦੇ ਹਨਾ ਲਾ ਕੇ ਵੀ ਹੋਲੀ-ਹੋਲੀ ਕੀ ਹੋਇਆ ਇੱਕ ਲਾਸਟਲੀ ਮੇਰਾ ਫਰੈਂਡ ਸੀ ਮਾਨਸਾ ਸਾਨੂੰ ਰੈਗੂਲਰ 3-4 ਦਿਨ ਕੰਮ ਕੱਠਾ ਮਿਲ ਗਿਆ ਕੱਠਾ ਮਿਲ ਗਿਆ ਮੈਂ ਉਹਨੂੰ ਰਿਕਵੈਸਟ ਕੀਤੀ ਮਾ ਯਾਰ ਤੇਰੇ ਘਰ ਆ ਕੇ ਰਹਿਣਾ ਸੀ ਤੇ ਉਹ ਕਹਿੰਦਾ ਕੋਈ ਇਸ਼ੂ ਨਹੀਂ ਵੀਰੇ ਅਸੀਂ ਉਹਦੇ ਕੋਲ ਇੱਕ ਦਿਨ ਰਹੇ ਤੇ ਦੂਜੇ ਦਿਨ ਅਸੀਂ ਫੰਕਸ਼ਨ ਨਾਲ ਨਿਕਲ ਗਏ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ ਇਨਸਾਨ ਦੇ ਤੇ ਅਸੀਂ ਰਤੀਏ ਤੋਂ ਫੰਕਸ਼ਨ ਲਾ ਕੇ ਉਸ پارٹی ਦੇ ਸਾਈਡ ਤੇ ਫੰਕਸ਼ਨ ਲਾਉਣ ਗਏ ਸੀ ਅਸੀਂ ਉੱਥੋਂ ਮੋਟਰਸਾਈਕਲ ਦੇ ਗਏ ਤੇ ਮੈਂ ਸ਼ਾਮ ਨੂੰ 5:30 ਵਜੇ ਬੰਦ ਹੁੰਦਾ ਫੰਕਸ਼ਨ ਮੈਂ ਉਹਨੂੰ ਫੋਨ ਕਰਦਾ ਮਾ ਅਸੀਂ ਰਤੀਏ ਤੋਂ ਚੱਲਣ ਲੱਗ ਗਏ ਆ ਮਾਨਸਾ ਕਹਿੰਦਾ ਮੈਂ ਤਾਂ ਰਿਸ਼ਤੇਦਾਰੀ ਜਗ੍ਹਾ ਆ ਹੋਇਆ ਤੇ ਘਰ ਚਾਬੀ ਹੈਗੀ ਆ ਤੂੰ ਚਾਬੀ ਫੜ ਲਈ ਗਵੰਡੀਆਂ ਤੁਮਾ ਠੀਕ ਹੈ ਵੀਰੇ ਤੇ ਮੈਂ ਕਾਜਲ ਨੂੰ ਕਿਹਾ ਮੈਂ ਚੱਲ ਚੱਲਦੇ ਆਪਾਂ ਤੇ ਕਾਜਲ ਨੇ ਮੜਾ ਮੋਟਾ ਸਮਾਨ ਲੈਣਾ ਸੀ ਅਸੀਂ ਰਤੀ ਦਾ ਸਮਾਨ ਲੈ ਕੇ ਸਾਨੂੰ 6:00 ਵੱਜ ਗਏ ਸਾਢੇ 6 ਰਤੀਏ ਸਾਢੇ 6 ਅਸੀਂ ਰਤੀਓ ਨਿਕਲੇ ਧੁੰਦ ਦਾ ਟਾਈਮ ਸਰਦੀਆਂ ਦਾ ਤੇ ਮੈਨੂੰ ਇਹ ਲੱਗ ਰਿਹਾ ਜਨਵਰੀ ਚੱਲ ਰਹੀ ਸੀ 15 16 ਜਨਵਰੀ ਦੇ ਕਰੀਬ ਫੰਕਸ਼ਨ ਹੋ ਸੀ ਡੇਟ ਤੇ ਅਸੀਂ ਆਏ ਮਾਨਸਾ ਸੀ ਫੋਨ ਕੀਤਾ 7:30 ਪੌਣੇ 8 ਵਜੇ ਸਾਨੂੰ 8 ਵਜੇ ਆਉਂਦੇ ਆਉਂਦੇ ਤੇ ਅਸੀਂ ਜਾ ਕੇ ਨਾ ਉਹਨੂੰ ਫੋਨ ਕੀਤਾ ਉਹ ਬੰਦੇ ਦਾ ਫੋਨ ਸਵਿਚ ਆਫ ਅੱਛਾ ਅਸੀਂ 9 ਵਜੇ ਤੱਕ ਵੀਰੇ ਖੜੇ ਰਹੇ ਉਹਦੇ ਗੇਟ ਮੂਰੇ ਅਸੀਂ ਗਵਾਂਡੀਆਂ ਤੋਂ ਚਾਬੀ ਪੁੱਛੀ ਕਹਿੰਦੇ ਵੀ ਉਹ ਤਾਂ ਦੇਖੇ ਨਹੀਂ ਗਿਆ ਉਹ ਕੁਦਰਤੀ ਦੇਖੋ ਅਸੀਂ ਜਦੋਂ 9 9:30 ਵਜੇ ਤੇ ਖੜੇ ਖੜਿਆ ਨਾ ਉਹਨੇ ਨਾ ਬੰਦਰੇ ਨੇ ਲੋਕ ਲਾਇਆ ਸੀ ਬਾਹਰੋਂ ਤੇ ਉਹ ਬੰਦੇ ਦਾ ਫਾਦਰ ਸਾਹਿਬ ਅੰਦਰ ਵਾ ਕਦੇ ਆਇਆ ਬਾਹਰ ਕੋਈ ਕੰਮ ਕਰਨ ਆਇਆ ਮੈਂ ਇਹਨੂੰ ਆਖਿਆ ਮੈਂ ਮਨੂੰ ਮੈਂ ਕਾਜਲ ਮਾਹ ਬੰਦਾ ਦਾ ਅੰਦਰ ਬੈਠਾ ਉਹਨੇ ਵੀਰੇ ਪੌਣੇ 10 ਵਜੇ ਫੋਨ ਖੋਲਿਆ ਉਹਨੇ ਫੋਨ ਨਹੀਂ ਚੱਕਿਆ ਮੈਂ ਕਿਹਾ ਵੀ ਕਾਜਲ ਹੁਣ ਤਾਂ ਖੜੇ ਖੜੇ ਆਪਾਂ ਕੀ ਕਰਾਂਗੇ ਤੇ ਉਹਦੇ ਨਾਲ ਸੰਗਰੂਰ ਸਾਡਾ ਆਪਣਾ ਵਧੀਆ ਫੈਮਿਲੀ ਰਿਲੇਸ਼ਨਸ਼ਿਪ ਜਿੰਨਾਂ ਕੋਲੇ ਸੀ ਕੰਮ ਉਹਨਾਂ ਦੇ ਵੀ ਫੰਕਸ਼ਨ ਲਾਉਂਦੇ ਸੀ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਭਈ ਅਸੀਂ ਤੁਹਾਡੇ ਕੋਲੇ ਆਉਣਾ ਕਹਿੰਦਾ ਆਜੋ ਤੇ ਅਸੀਂ ਜਦੋਂ ਪੌਣੇ 10 ਵਜੇ ਉੱਥੋਂ ਨਿਕਲਣ ਲੱਗੇ ਤੇ ਸਾਨੂੰ ਨਾ ਕਾਲ ਆ ਗਈ ਫਰੈਂਡ ਸੀ ਮੁੰਡਾ ਲੋਕੀ ਲੋਕੀ ਤਲਵੰਡੀ ਤੋਂ ਤੇ ਇਹ ਕਹਿੰਦਾ ਵੀ ਕਿੱਥੇ ਆ ਮੈਂ ਵੀਰੇ ਮੈਂ ਸੰਗਰੂਰ ਜਾ ਰਿਹਾ ਯਾਰ ਮਾ ਫਲਾਣੇ ਬੰਦੇ ਨੇ ਫੋਨ ਨਹੀਂ ਚੱਕਿਆ ਮੇਰਾ ਮੈਂ ਸਾਨੂੰ ਬਾਰ ਮੂਰੇ ਖੜਾ ਕੇ ਦੇ ਅੰਦਰ ਬੰਦਾ ਬੈਠਾ ਵਾ ਲੋਕ ਲਵਾ ਰੱਖਿਆ ਬਾਹਰੋਂ ਤੇ ਉਹ ਕਹਿੰਦਾ ਕਹਿੰਦਾ ਤੁਸੀਂ ਸੰਗਰੂਰ ਨਹੀਂ ਜਾਣਾ ਸਾਨੂੰ ਤਲਵੰਟੀ ਨਜ਼ਦੀਕ ਪਾਉਣ ਨੇੜੇ ਪਾਉ ਮਾਨਸਾ ਤੋਂ ਕਹਿੰਦਾ ਸੰਗਰੂਰ ਰਾਹ ਬਹੁਤ ਉਨਾ ਤੇਰੇ ਨਾਲ ਕੁੜੀ ਆ ਕਾਦੇ ਵਾਸਤੇ ਮੈਂ ਇਹਦੇ ਨਾਲ ਗੱਲ ਕੀਤੀ ਇਹ ਕਹਿੰਦੀ ਯਾਰ ਠੀਕ ਆ ਕਹਿੰਦੀ ਵੀ ਫੈਮਿਲੀ ਵਾਲਾ ਬੰਦਾ ਉਹ ਵੀ ਆਪਾਂ ਮੁੜ ਜਾਨੇ ਮੈਂ ਮੋਰਸੰਗ ਦੇ ਰਵਸਕਾਰ ਕਿਬਰੇ ਮੈਂ ਤਲਵੰਡੀ ਵਾਲੇ ਰਾਪਾ ਲਿਆ ਉਦੋਂ ਬਣਾ ਵਾਲੀ ਵਾਲਾ ਥਰਮਲ ਬਣ ਰਿਆ ਸੀ ਤੇ ਜਦੋਂ ਵੀਰੇ ਅਸੀਂ ਨਾ ਰਸਤੇ ਜੇ ਕਰਾਸ ਕਰਿਆ ਰਾਪੁਰ ਪਿੰਡ ਆਉਂਦਾ ਰਾਪੁਰ ਨਕਾ ਹਾਂ ਉਹ ਅਸੀਂ ਕਰਾਸ ਕੀ ਮੂਸਾ ਕੈਂਚੀਆਂ ਮੂਸਾ ਟੱਪ ਕੇ ਉਦੋਂ ਬਾਅਦ ਅੱਗੇ ਸੁੰਨਾ ਜਿਹਾ ਰਸਤਾ ਆਉਂਦਾ ਦਰਖਤ ਜੇ ਬਹੁਤ ਸੀ ਤੇ ਵੀਰੇ ਮੈਂ ਨਾ ਕਾਲ ਕੀਤੀ ਤੇ ਬੰਦੇ ਨੂੰ ਮੈਂ ਮੋਟਰਸਾਈਕਲ ਤੇ ਜਾ ਰਹਾ ਪਿੱਛੋਂ ਗੱਡੀ ਆ ਰਹੀ ਆ ਸੁਵਿਪਟ ਯਾਰ ਤੇ ਉਹਨਾਂ ਨੇ ਅੱਗੇ ਕ੍ਰਾਸ ਕਰ ਲਈ ਮਾਹ ਵੀ ਚੱਲ ਉਹਨੂੰ ਸਾਧਨ ਚੱਲ ਰਹੇ ਨੇ ਹਨਾ ਆਪਾਂ ਨੂੰ ਏਡਾ ਡਰਨ ਦੀ ਲੋੜ ਐ ਇਹ ਮੈਨੂੰ ਕਾਜਲ ਕਹਿੰਦੀ ਕਹਿੰਦੀ ਬੰਦੇ ਠੀਕ ਨਹੀਂ ਲੱਗ ਰਹੇ ਸ਼ਰਾਬ ਪੀਤੀ ਹੋਈ ਆ ਲੱਗਦਾ ਕਹਿੰਦੇ ਤੂੰ ਮੋਟਰਸਾਈਕਲ ਭਜਾ ਲਾ ਤੇ ਮੈਂ ਕਿਹਾ ਕੁਝ ਨਹੀਂ ਹੁੰਦਾ ਐਡੇ ਕਿਹੜਾ ਮਾੜੇ ਆ ਆਪਾਂ ਦੇਖੀ ਜਾਈਉ ਤੇ ਉਹਨਾਂ ਨੇ ਵੀਰੇ ਗੱਡੀ ਰੋਕ ਲਈ ਰੋਕ ਕੇ ਸੀ ਕ੍ਰਾਸ ਹੋ ਗਏ ਉਹਨਾਂ ਨੇ ਫੇਰ ਤੋੜ ਲਈ ਤੋਰੀ ਜਦੋਂ ਵੀ ਨਾ ਸਾਨੂੰ ਨਾ ਡਰ ਜੇ ਅਸੀਂ ਤੁਹਾਨੂੰ ਬਤਾ ਏਜ ਦੇ ਥੋੜੀ ਜੀ ਏ ਨਿਆਣੀ ਸੀ ਉਦੋਂ ਚਲੋ ਮੈਂ ਤਾਂ ਹਜੇ ਜਵਾਕੀ ਸੀ ਉਦੋਂ ਅਸੀਂ ਦੋਨੇ ਜਵਾਕ ਸੀਗੇ ਨਿਆਣ ਮਾਤਾ ਸੀਗਾ ਨਾ ਤੇ ਤਕਰੀਬਨ ਇਹ ਪੰਜ ਚਾਰ ਚਾਰ ਸਾਲਾਂ ਦੀ ਗੱਲ ਆ ਤੇ ਸਾਨੂੰ ਨਾ ਵੀ ਉਹ ਟੋਰਚ ਕਰਨ ਲੱਗੇ ਲਾਈਟ ਬੰਦ ਕਰ ਦਿਆ ਕਰਨ ਜਗਾ ਲਿਆ ਕਰਨ ਤੇ ਮੈਨੂੰ ਹੀ ਕੱਜ ਕਹਿੰਦੀ ਭਜਾ ਲਾ ਮੋਟਰਸਾਈਕਲ ਘਟੋ ਘਟ ਵੀਰੇ ਮੈਂ ਜਿੰਨੀ ਵੀ ਰੇਸ਼ ਹੁੰਦੀ ਆ ਮੋਟਰਸਾਈਕਲ ਦੀ ਉਨਨੀ ਦੇਤੀ ਮਹਾ ਵੀ ਜਦਾ ਡਿੱਗਾਂਗੇ ਜਾ ਵੀ ਮੈਨੂੰ ਇਹ ਸੀ ਵੀ ਇਹ ਕਾਦਰ ਨਾਨ ਨਾ ਕੁਛ ਬਦਮਿਜੀ ਕਰ ਚਾਹਣਾ ਉਹ ਤੇ ਅਸੀਂ ਵੀ ਬਹੁ ਮੋਟਰਸਾਈਕਲ ਭਜਾਇਆ ਮੈਂ ਮੁੰਡੇ ਨੂੰ ਕਾਲ ਕੀਤੀ ਮਨ ਲਓ ਕਿ ਵੀਰੇ ਆ ਗਾਲਾ ਮੈਨੂੰ ਕਹਿੰਦਾ ਤੂੰ ਟੈਨਸ਼ਨ ਨਾ ਲੈ ਤੇ ਮੋਟਰਸਾਈਕਲ ਦਵੱਲੀ ਆ ਫੋਨ ਹੈਡ ਹੋਲਡ ਤੇ ਰੱਖ ਤੇ ਉਹਦਾ ਕੁਦਰਤੀ ਵੀਰੇ ਨਾ ਅਸੀਂ ਕੀ ਹੋਇਆ ਮੈਂ ਫੋਨ ਮੈਂ ਕੱਟ ਗਾਇਆ ਮੈਂ ਕੋਈ ਗੱਲ ਨਹੀਂ ਲੋਕੀ ਮੈਂ ਆ ਰਿਹਾ ਇਹਨੂੰ ਵੀ ਮੌਸਲਾ ਪਾਇਆ ਤੇ ਪਿੰਡ ਆਉਂਦਾ ਰਸਤੇ ਚ ਮੈਂ ਨਾ ਉਹ ਪਿੰਡ ਦੀ ਫਿਰਨੇ ਮੋੜ ਤਾਂ ਮੋਟਰਸਾਈਕਲ ਤੇ ਉਹਨਾਂ ਨੂੰ ਇਹ ਹੋ ਗਿਆ ਵੀ ਉਹ ਅੱਗੇ ਜਾ ਰਹੇ ਨੇ ਤੇ ਅੱਗੇ ਉਹ ਕ੍ਰਾਸ ਹੋ ਗਏ ਉਸੇ ਘਟੋਘਟ ਅਸੀਂ 10-15 ਮਿੰਟ ਖੜੇ ਰਹੇ ਵੀ ਡਰ ਗਏ ਸੀ ਵੀ ਯਾਰ ਇਹ ਕੀ ਹੋ ਗਿਆ ਹਨਾ ਤੇ ਮੈਂ ਉਹਨੂੰ ਵੀਰੇ ਨੂੰ ਫੇਰ ਕਾਲ ਕੀਤੀ ਮਨ ਲਓ ਉਹਨੂੰ ਕਹਿੰਦਾ ਕੋਈ ਚੱਕਰ ਨਹੀਂ ਉਹ ਬੰਦਾ ਘਰੋਂ ਨਿਕਲ ਕੇ ਚੌਂਕ ਚਾਹ ਖੜਿਆ ਤਲਵੰਡੀ ਉਹ ਕਹਿੰਦਾ ਕੋਈ ਇਸ਼ੂ ਨਹੀਂ ਮੈਂ ਖੜਾ ਆ ਜੋ ਉਹ ਦੂਜਾ ਦਿਨ ਇੱਥੇ ਗਏ ਅਸੀਂ ਸਟੇ ਕੀਤਾ ਸਟੇ ਕਰਦੇ ਬਾਅਦ ਮੈਂ ਅਗਲੇ ਦਿਨ ਉਹ ਬੰਦੇ ਨੂੰ ਕਾਲ ਕੀਤੀ ਉਹਨੇ ਬਹਾਨਾ ਕਿ ਲਾਇਆ ਜਿਹੜੇ ਨੇ ਮੈਨੂੰ ਐਦਾ ਰੱਖਿਆ ਲਾਰੇ 'ਚ ਕਹਿੰਦਾ ਵੀਰੇ ਯਾਰ ਮੈਂ ਹਾਂ ਯਾਰ ਬੰਦਾ ਤਾਂ ਘਰੇ ਸੀ ਤੂੰ ਮੈਨੂੰ ਸਿੱਧਾ ਹੀ ਕਹਿ ਦਿੰਦਾ ਤੇ ਉਹਨੇ ਫੋਨ ਕੱਟਤਾ ਤੇ ਉਹ ਸਾਡੇ ਨਾਲ ਮੇਰੇ तकरीबन ਮੇਰੇ ਤੇ ਕਾਜਲ ਦੇ ਉਹ ਜ਼ਿੰਦਗੀ ਚ ਹਮੇਸ਼ਾ ਯਾਦ ਆਉਂਦੀ ਆ ਵੀ ਯਾਰ ਜੇ ਸਾਡੇ ਨਾਲ ਉਹਦੋਂ ਕੁਝ ਗਲਤ ਹੋ ਜਾਂਦਾ ਵੀ ਇਹਦੀ ਪੇਰੈਂਟਸ ਨੂੰ ਮੇਰੇ ਤੇ ਮੰਮੀ ਨੂੰ ਇਹਦੀ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਆ ਹਨਾ ਵੀ ਸੋਨੂੰ ਮੈਂ ਕੁਝ ਕਹਿ ਨਹੀਂ ਸਕਦਾ ਵੀ ਯਾਰ ਇਹਦੀ ਮੰਮੀ ਕਹੂਗੀ ਐਂ ਕਰਵਾਤਾ ਜਾਂ ਸੋਨੂੰ ਪਤਾ ਹੀ ਆ ਹਨਾ ਅੱਜ ਕੱਲ ਵੀ ਕੀ ਕਹਿੰਦੇ ਨੇ ਦੁਨੀਆ ਤੇ ਉਹ ਹਮੇਸ਼ਾ ਸਾਡੇ ਯਾਦ ਰਹਿੰਦਾ ਤੇ ਅੱਜ ਤੱਕ ਅਸੀਂ ਇੱਕ ਦੂਜੇ ਨੂੰ ਭੁੱਲਦੇ ਨਹੀਂ ਕਿਉਂ ਅੱਜ ਵਾਈਗੁਰ ਨੇ ਸਾਨੂੰ ਐਡਾ ਨਾਮ ਦਿੱਤਾ ਲੋਕ ਸਾਨੂੰ ਪਿਆਰ ਕਰਦੇ ਨੇ ਕਹਿੰਦੇ ਨਾ ਮੇਨ ਚੀਜ਼ ਜੇਦੋਂ ਆਪਾਂ ਆਪਦੀ ਬੈਕਗ੍ਰਾਉਂਡ ਭੁੱਲ ਬੈਕਗ੍ਰਾਉਂਡ ਭੁੱਲ ਜੀਏ ਵੀ ਸਾਡੇ ਨਾਲ ਆ ਚੀਜ਼ਾਂ ਹੋਈਆਂ ਹੋਈਆਂ ਨੇ ਤੇ ਅੱਗੇ ਬੰਦਾ ਉੱਚੇ ਮਕਾਮ ਤੇ ਆ ਜੀ ਉਹਨੂੰ ਭੁੱਲ ਕੇ ਕਹੇ ਵੀ ਯਾਰ ਮੈਂ ਤਾਂ ਦੁਨੀਆ ਕੀ ਐ ਇਹ ਗੁਜ਼ਰੇ ਹੋયા ਚੱਲ ਪੜਾਂ ਛੱਡੇ ਲੈਨ ਨੂੰ ਪਰ ਆਪਣੀ ਹੈਸੀਅਤ ਆ ਜਿਹੜੀ ਉਹਨੂੰ ਨਾ ਭੁੱਲੋ ਇਹ ਲੋਕ ਕਹਿੰਦੇ ਆ ਵੀ ਉਹਨੂੰ ਹੈਸੀਅਤ ਨਹੀਂ ਭੁੱਲਣੀ ਚਾਹੀਦੀ ਹਨਾ ਡੇਰ ਨਾਲ ਸਹੀ ਕੁਝ ਬਣਾਗੇ ਜ਼ਰੂਰ ਲੋਕ ਖੈਰੀਅਤ ਨਹੀਂ ਹੈਸਿਆਤ ਪੁੱਛਦੇ ਨੇ ਉਹ ਚੀਜ਼ ਆ ਅਸੀਂ ਬਣਾਣਾ ਬਹੁਤ ਕੁਸ਼ਾ ਜਿਹੜੇ ਸ਼ੌਂਕ ਰੱਖੇ ਹੋਏ ਨੇ ਦਿਲ 'ਚ ਉਹ ਵੀ ਪੂਰੇ ਕਰਨੇ ਆ ਫੈਮਲੀ ਦੇ ਵੀ ਕਰਨੇ ਆ ਤੁਸੀਂ ਇਹ ਦੇਖ ਲਓ ਵੀ ਕਾਜਲ 33 ਗਜ ਪਲਾਟ 'ਚ ਬੈਠੀ ਆ ਉਹ ਵੀ ਇਹਦਾ ਅបਧਾਨ ਉਹ ਵੀ ਹੈਗਾ ਤਾਂ ਆਪਣਾ ਸੀ ਲੇਕਿਨ ਉਹ ਕੋਈ ਹੋ ਗਈ ਸੀ ਕੋਈ ਗੱਲ ਲੈ ਕੇ ਉਹ ਵੀ ਆਪਣਾ ਨਹੀਂ ਹੈਗਾ ਤੇ ਅੱਜ ਦੇ ਟਾਈਮ ਤੇ ਬਸ ਇੱਕ ਹੀ ਸੁਪਨਾ ਹੈਗਾ ਕਿ ਕਰਦਿਆਂ ਨੂੰ ਇਹ ਜੀ ਲਾਈਫ ਦਈਏ ਕਿ ਜਿਹੜੇ ਕੋਈ ਮਤਲਬ ਕਹਿੰਦੇ ਹੁੰਦੇ ਸੀ ਤੁਹਾਡੇ ਕੋਲ ਕੀ ਆ ਬਸ ਉਹਨਾਂ ਨੂੰ ਮਤਲਬ ਕਿ ਅਸੀਂ ਜਵਾਬ ਨਹੀਂ ਦੇਣਾ ਬਸ ਟਾਈਮ ਆਪੇ ਜਵਾਬ ਦੇ ਦੋ। ਪਰ ਇਥੇ ਕਿ ਸਵਾਲ ਹੈ ਜਦੋਂ ਤੁਸੀਂ ਇਹ ਕੰਮ ਕਰਨ ਲੱਗ ਜਾਨੇ ਹਨਾ ਇੱਕ ਵਧੀਆ ਨਾਮ ਹੋ ਜਾਂਦਾ ਜਿਹੜੇ ਲੋਕ ਉਸ ਵਕਤ ਮਾਤਾ ਨੂੰ ਇਹ ਕਹਿੰਦੇ ਹੁੰਦੇ ਕਿ ਮਾਫੀ ਮੰਗੋ ਤੁਹਾਡੀ ਕੁੜੀ ਨੇ ਗਲਤ ਕੀਤਾ ਇਹ ਗਲਤ ਕੰਮ ਅਪਣਾ ਲਿਆ। ਹਾਂਜੀ ਤੇ ਫਿਰ ਉਹ ਲੋਕਾਂ ਦੇ ਤਾਣੇ ਮਾਤਾ ਨੂੰ ਫਿਰ ਵੀ ਸੁਣਨ ਨੂੰ ਮਿਲے۔ ਨਹੀਂ ਜੀ ਹੁਣ ਤਾਂ ਮਤਲਬ ਕਿ ਜਦੋਂ ਮੰਮੀ ਨੇ ਸਟੈਂਡ ਲੈ ਲਿਆ ਸੀ ਨਾ ਆਈ ਮੀਨ ਮਤਲਬ ਕਿ ਤੁਸੀਂ ਐਂ ਦੇਖੋ ਉਦੋਂ ਜਦੋਂ ਡੈਡੀ ਦੀ ਡੈਥ ਹੋਈ ਸੀ ਨਾ ਉਦੋਂ ਮੇਰਾ ਰਿਸ਼ਤਾ ਕਰਤਾ ਸੀ। ਛੋਟੀ ਜੀ ਦਾ ਮਤਲਬ ਦੇਖ ਲਓ ਤੁਸੀਂ 13 14 ਸਾਲਾਂ ਦਾ ਜਵਾਕ ਕੀ ਹੁੰਦਾ ਕੀ ਕੁੜੀ ਹੁੰਦੀ ਆ ਤੇ ਉਦੋਂ ਰਿਸ਼ਤਾ ਕਰਤਾ ਮੇਰਾ ਤੇ ਮੰਮਾ ਉਦੋਂ ਮਜਬੂਰ ਸੀ ਨਹੀਂ ਬੋਲ ਪਾਏ ਕਿ ਭਈ ਮੈਂ ਹਜੇ ਰਿਸ਼ਤਾ ਨਹੀਂ ਕਰਨਾ ਲੇਕਿਨ ਕੁਝ ਟਾਈਮ ਬਾਅਦ ਮੰਮੀ ਨੇ ਸੋਚਿਆ ਕਿ ਭਈ ਕਿਉਂਕਿ ਸਾਰੇ ਮੰਮੀ ਨੂੰ ਐਂ ਕਹਿੰਦੇ ਹੁੰਦੇ ਸੀ ਕੁੜੀ ਭੱਜ ਜੂਗੀ ਮਤਲਬ ਕਿ ਤੇਰਾ ਡੈਡੀ ਨਹੀਂ ਹੈਗਾ ਇਹਦਾ ਕਿਵੇਂ ਕੋਣ ਸੰਭੂਗਾ ਤੇਰ ਤੋਂ ਕੁੜੀ ਸੰਭੀ ਨਹੀਂ ਜਾਣੀ ਤੂੰ ਕੁਝ ਗਲਤ ਹੋ ਜਾਏਗਾ ਤੇ ਫਿਰ ਇਹਨਾਂ ਮਤਲਬ ਕਿ ਮੰਮੀ ਨੇ ਜਵਾਬ ਦੇਣਾ ਸਿੱਖ ਲਿਆ ਸੀ ਕੇ ਬਈ ਦੇਖੋ ਜੇ ਕੁਝ ਗਲਤ ਹੋਊਗਾ ਤਾਂ ਮੇਰੀ ਕੁੜੀ ਨਾਲ ਹੋਊਗਾ ਦੁਖੀ ਹੋऊंगी ਨਾ ਤੱਕ ਮੈਂ ਦੁਖੀ ਹੋऊंगी ਤੇ ਉਦੋਂ ਮੰਮੀ ਨੇ ਜਵਾਬ ਦਿੱਤਾ ਬਈ ਮੈਂ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਕੇ ਬਈ ਮੈਂ ਨਹੀਂ ਚਾਹੁੰਦੀ ਬਈ ਮੇਰੀ ਕੁੜੀ ਮਤਲਬ ਕਿ ਹਜੇ ਕੁਝ ਵੀ ਕੰਡੀਸ਼ਨ ਨਹੀਂ ਹੈਗੀ ਸਾਡੀ ਬਈ ਇਹ ਮਤਲਬ ਕਿ ਅੱਗੇ ਜਾ ਕੇ ਇਹਨੂੰ ਕੋਣ ਕੀ ਸੰਭਲੂਗਾ ਤੇ ਉਹਦਾ ਮੰਮੀ ਨੇ ਜਵਾਬ ਦਿੱਤਾ ਸੀ ਵੀ ਮੈਂ ਵਿਆਹ ਨਹੀਂ ਕਰਨਾ ਨੀ ਤਾਂ ਜੇ ਅੱਜ ਮੇਰਾ ਵਿਆਹ ਹੁੰਦਾ ਤਾਂ ਨਾ ਕੋਈ ਫੈਮਿਲੀ ਕੁਝ ਹੋਣਾ ਸੀ ਨਾ ਮੇਰੇ ਕੋਲ ਕੁਝ ਹੋਣਾ ਸੀ ਅੱਜ ਆਪਣੇ ਕੋਲੇ ਰਹਿਣ ਨੂੰ ਘਰ ਵੀ ਹੈ ਨਹੀਂ ਪਰਿਵਾਰ ਕੋਲ ਨਹੀਂ ਹੈਗਾ ਜੀ ਆਪਣਾ ਤਾਂ ਖੁੱਦ ਦਾ ਨਹੀਂ ਜੀ ਇੱਕ ਨਾ ਕਹਿੰਦੇ ਪਹਿਚਾਨ ਅਸੀਂ ਜੁੱਤੀਆਂ ਚੱਟ ਕੇ ਪਹਿਚਾਨ ਨਹੀਂ ਬਣਾਈ ਜੁੱਤੀਆਂ ਆਪਣੀਆਂ ਕਸਾਈਆਂ ਨੇ ਤਾਂ ਇੱਥੇ ਬਣਾਈਆਂ ਤੁਸੀਂ ਇਹ ਦੇਖ ਲਓ ਵੀ ਇਸੀ ਨਾ ਸੀਜ਼ਨ 'ਚ ਦੋ ਜੁੱਤੀਆਂ ਚੇਂਜ ਕਰਨੇ ਆ ਸਾਡੇ ਜੁੱਤੀਆਂ ਦੇ ਤਲੇ ਤੇ ਉਹਨਾਂ ਦੀਆਂ ਸਿਉਣਾ ਟੁੱਟ ਜਾਂਦੀਆਂ ਨੇ ਇੰਨੀ ਮਿਹਨਤ ਨਾਲ ਕੰਮ ਕਰਦੇ ਆ ਹੂੰ ਜੀਬੀਤ ਭਾਈ ਤੇ ਬਣ ਥੋੜੀ ਤੋਂ ਇਸ ਵਰਕਰ ਹਨ ਬਹੁਤ ਸਾਰੇ ਲੋਕ ਬਾਈ ਤੁਸੀਂ ਨਾਲ ਹੁੰਨੇ ਇੱਕ ਜੋੜੀ ਦੇ ਤੌਰ ਤੇ ਜਦੋਂ ਕੰਮ ਕਰਦੇ ਹੋ ਇੱਕ ਦੂਜੇ ਪ੍ਰਤੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਤੇ ਜਦੋਂ ਕਈ ਵਾਰ ਉਹ ਸਟੇਜ ਤੇ ਹੁੰਨੇ ਹੋ ਚੰਗੇ ਵੀ ਲੋਕ ਮਿਲਦੇ ਆ ਮਾੜੇ ਵੀ ਮਿਲਦੇ ਆ ਮਾੜਿਆ ਕਿੰਨੇ ਕੁ ਲੋਕ ਮਿਲੇ ਜਿੱਥੇ ਤੁਹਾਨੂੰ ਇਹ ਲੱਗਿਆ ਹੋਵੇ ਕਿ ਜਾਂ ਇਨਾਂ ਵੱਲ ਜਾਂ ਤੁਹਾਡੇ ਵੱਲ ਕੋਈ ਮਾੜੀ ਅੱਖ ਚੱਕ ਕੇ ਦੇਖ ਰਿਹਾ ਤਕਰੀਬਨ ਅੱਜ ਤੋਂ 2 ਸਾਲ ਪਹਿਲਾਂ ਇਹ ਦੂ ਇਹ ਚੀਜ਼ ਚੱਲਦੀ ਆਈ ਆ ਕਿਉਂ ਕਜਲ ਸੋਲੋ ਕੰਮ ਕਰਦੀ ਸੀ ਨਾ ਕਜਲ ਸੋਲੋ ਕੰਮ ਫੰਕਸ਼ਨਾਂ ਤੇ ਜਾਣਾ ਸ਼ਾਮ ਨੂੰ ਨਹੀਂ ਮੈਨੂੰ ਆ ਕੇ ਦੱਸਣਾ ਵੀ ਫਲਾਣੇ ਮੁੰਡੇ ਨੇ ਮੈਨੂੰ ਆ ਜਾ ਨੰਬਰ ਦਿੱਤਾ ਹਨਾ ਫਲਾਣੇ ਨੇ ਮੈਨੂੰ ਆ ਆਫਰ ਲਾਈ ਫਲਾਣੇ ਨੇ ਮੈਨੂੰ ਇਦਾਂ ਕਿਹਾ ਉਦੋਂ ਮੈਂ ਇਹਨੂੰ ਕਹਿਣਾ ਹੁੰਦਾ ਵੀ ਤੂੰ ਡਰਨਾ ਕੋਈ ਗੱਲ ਨਹੀਂ ਲੋਕਾਂ ਦਾ ਕੀ ਹੈ ਲੋਕ ਤਾਂ ਭੌਂਕਦੇ ਨੇ ਛੱਡ ਤੂੰ ਇਗਨੋਰ ਕਰਿਆ ਕਰ ਵੀ ਤਾਂ ਨੋ ਜ਼ਬਰਦਸਤੀ ਤਾਂ ਨਹੀਂ ਕੁਝ ਕਰਨ ਲੱਗੇ ਵੀ 2 2.5 ਘੰਟਿਆਂ ਦਾ ਕੰਮ ਹੁੰਦਾ ਤੂੰ ਕੱਢ ਕੇ ਆਪਦਾ ਪਾਰਕ ਰਹਿ ਕਰ ਇਹਨੂੰ ਮੈਂ ਸਾਈਨ ਕਰਾਇਆ ਤੇ ਇਹ ਰੋਂਦੀ ਵੀ ਰੋਂ ਲੱਗ ਜਾਂਦੀ ਮੈਨੂੰ ਇਦਾਂ ਕੁਝ ਕਹਿੰਦੇ ਸੀ ਇਦਾਂ ਕਹਿੰਦੇ ਸੀ ਨਾ ਚਲ ਉਸ ਤੋਂ ਬਾਅਦ ਅਸੀਂ ਇਕੱਠੇ ਕਰਨ ਲੱਗੇ ਕੰਮ ਹਨਾ ਲੋਕਾਂ ਦਾ ਹੀ ਇਹ ਆਫਰ ਆਉਣੀ ਸੀ ਵੀ ਮੁੰਡਿਆ ਅਸੀਂ ਦੋਨੇ ਕੰਮ ਸਟੇਟ ਤੇ ਜਾਂਦੇ ਹੰਦੇ ਸੀ ਮੁੰਡੇ ਨੂੰ ਕਹਿ ਰਹਿਣ ਦੋ ਕੁੜੀ ਨੂੰ ਭੇਜ ਦੋ ਕੱਲੀ ਨੂੰ ਤੇ ਕਈ ਪਾਰਟੀਆਂ ਨੇ ਵੀ ਸਾਨੂੰ ਕਿਹਾ ਵੀ ਵੀਰੇ ਜੇ ਤੂੰ ਕੱਲੀ ਕੁੜੀ ਨੂੰ ਨਾ ਭੇਜੀ ਭੇਜੀ ਤਾਂ ਤੇਰੀ ਪੇਮੈਂਟ ਰੋਕ ਲਾਂਗੇ ਇਦਾਂ ਕਰ ਦਾਂਗੇ ਉਦੋਂ ਮਜਬੂਰ ਹੋ ਕੇ ਕਾਜਲ ਜਾਂਦੀ ਹਨਾ ਕਾਜਲ ਦਾ ਮਨ ਨਹੀਂ ਕਰਦਾ ਹੁੰਦਾ ਵੀ ਕੰਮ ਕਰਨ ਨੂੰ ਤੇ ਤਕਰੀਬਨ ਅੱਜ ਦੇ ਟਾਈਮ 'ਚ ਜਿੰਨੀ ਸਾਨੂੰ ਇੱਜ਼ਤ ਮਿਲ ਰਹੀ ਆ ਵੀ ਉਹ ਦੋਨਾਂ ਨੂੰ ਮਿਲ ਰਹੀ ਆ ਹੂੰ ਮਤਲਬ ਆਡੀਅנס ਨੇ ਸਾਡੇ ਪਿਆਰ ਨੂੰ ਸਾਡੇ ਸਟਰਗਲ ਦਾ ਮਤਲਬ ਕਿ ਇੱਕ ਮੁੱਲ ਜਿਹਾ ਮਿਲਿਆ ਸਾਨੂੰ ਮਤਲਬ ਕਿ ਬਹੁਤ 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 ਹੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਬਈ ਆਡੀਅנס ਸਾਨੂੰ ਇੰਨਾ ਪਿਆਰ ਕਰਦੀ ਆ ਕਦੇ ਅੱਜ ਵੀ ਉਹ ਸਟੇਜ ਦੀ ਮਾੜੀ ਘਟਨਾ ਭਾਣੇ ਯਾਦ ਹੋਵੇ ਜਿਹੜੀ ਅੱਜ ਵੀ ਯਾਦ ਕਰਾਉਂਦੀ ਹੋਵੇ ਕਿ ਜੇ ਮੇਰੇ ਫਾਦਰ ਸਾਹਿਬ ਜਿਉਂਦੇ ਹੁੰਦੇ ਤਾਂ ਸ਼ਾਇਦ ਉਹ ਦਿਨ ਮੈਨੂੰ ਕਦੇ ਨਾ ਦੇਖਣਾ ਪੈਂਦਾ ਹਾਂਜੀ ਬਿਲਕੁਲ ਐਦਾਂ ਹੁੰਦਾ ਮਤਲਬ ਕਿ ਕਾਫੀ ਹੁਣ ਤਾਂ ਨਹੀਂ ਚਲੋ ਹੁਣ ਦਾ ਆਪਾਂ ਜ਼ਿਕਰ ਨਹੀਂ ਕਰਾਂਗੇ ਕਿਉਂਕਿ ਹੁਣ ਲੋਕ ਬਹੁਤ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਲ ਹੁੰਦਾ ਨਹੀਂ ਸੀ ਮਤਲਬ ਹੁੰਦਾ ਹੀ ਆਇਆ ਕਿ ਬਈ ਮਤਲਬ ਕਿ ਲੋਕ ਵੀ ਜਦੋਂ ਚਲੋ ਫੈਮਿਲੀ ਚ ਵੀ ਕੋਈ ਟੌਂਟ ਮਾਰਦਾ ਹੁੰਦਾ ਸੀ ਉਦੋਂ ਵੀ ਡੈਡੀ ਯਾਦ ਆਉਂਦੇ ਸੀ ਕਿ ਕਾਸ਼ ਜਿਹਦੇ ਟਾਈਮ ਤੇ ਡੈਡੀ ਹੁੰਦੇ ਤਾਂ ਇਹ ਸਾਰਾ ਕੁਝ ਨਾ ਹੁੰਦਾ ਬਈ ਕੋਈ ਨਾ ਬੋਲਦਾ ਹੁੰਦਾ ਤੇ ਬਹੁਤ ਬਹੁਤ ਮਤਲਬ ਸਾਇਨ ਕੀਤਾ ਫਿਰ ਵੀ ਅੱਦਾ ਮਤਲਬ ਬਸ ਇੱਕ ਰੱਬ ਤੇ ਛੱਡਦਾ ਕਿ ਚਲੋ ਕੋਈ ਨਹੀਂ ਟਾਈਮ ਜ਼ਰੂਰ ਕਿਉਂਕਿ ਉਸ ਟਾਈਮ ਫਾਜ਼ਰੀ ਹੁੰਦਾ ਹਨਾ ਬੱਚੇ ਨੂੰ ਮੋਡੇ ਦੇ ਚੱਕ ਕੇ ਦੁਨੀਆ ਦਿਖਾਉਣ ਵਾਲਾ ਲੇਕਿਨ ਅੱਜ ਦੇ ਟਾਈਮ ਤੇ ਮੇਰਾ ਫਾਦਰ ਮੇਰਾ ਮਤਲਬ ਸਾਰਾ ਕੁਝ ਮੇਰੀ ਮੰਮੀ ਤੇ ਮੇਰੇ ਭਰਾ ਨੇ ਤੇ ਉਹਨਾਂ ਤੋਂ ਵੱਧ ਕੇ ਕੁਝ ਨਹੀਂ ਹੈਗਾ ਲਾਈਫ 'ਚ ਤੇ ਭਣੇ ਉਹ ਕਦੇ ਐਸਾ ਵਕਤ ਆਇਆ ਐ ਐਸਾ ਸਮਾਂ ਆਇਆ ਕਿ ਦੇ ਸਟੇਜ ਤੇ ਖੜ ਕੇ ਉਸ ਵਕਤ ਇਹ ਸੋਚਿਆ ਹੋਵੇ ਕਿ ਇਹ ਕਿੱਤਾ ਗਲਤ ਬਣਾ ਰਿਹਾ ਸ਼ਾਇਦ ਜੇ ਮੇਰਾ ਪਰਿਵਾਰ ਸੁਖੀ ਹੁੰਦਾ ਜਾਂ ਮੇਰੇ ਫਾਦਰ ਸਾਹਿਬ ਅੱਜ ਜਿਉਂਦੇ ਹੁੰਦੇ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਹਾਂਜੀ ਬਿਲਕੁਲ ਜਿੱਦਾਂ ਲੋਕ ਮਤਲਬ ਕਿ ਹਰ ਇੱਕ ਕੁੜੀ ਨਾਲ ਐਦਾ ਹੁੰਦਾ ਜੋ ਵੀ ਸਟੇਜ ਤੇ ਕੰਮ ਕਰਦੀ ਆ ਕਿ ਬਈ ਮਤਲਬ ਕਿ ਲੋਕ ਨੀਚੇ ਤੋਂ ਕੁਝ ਮੁੰਡੇ ਐਦਾ ਦੇ ਹੁੰਦੇ ਜੋ ਗਲਤ ਕਮੈਂਟਿੰਗ ਕਰਦੇ ਆ ਤੇ ਉਦੋਂ ਮਤਲਬ ਕਿ ਇੰਨਾ ਗੰਦਾ ਫੀਲ ਹੁੰਦਾ ਨਾ ਕਿ ਜੇ ਕੋਈ ਨੋਰਮਲ ਕੁੜੀ ਹੋਵੇ ਜੇ ਐਦਾ ਉਹ ਮਤਲਬ ਉਹਨੂੰ ਕਿਸੇ ਕੁੜੀ ਨੂੰ ਗਲਤ ਕਮੈਂਟ ਕਰ ਦੇਣ ਤਾਂ ਉਹ ਕੁੜੀ ਜਵਾਬ ਦਿੰਦੀ ਆ ਉਹਦਾ ਖੜ ਕੇ ਕਿ ਵੀ ਤੇਰੀ ਹਿੰਮਤ ਕਿਵੇਂ ਹੋਈ ਐਦਾ ਬੋਲਣ ਦੀ ਤੇ ਅਸੀਂ ਉੱਥੇ ਮਜਬੂਰ ਹੋ ਜਾਂਦੇ ਆ ਕਿ ਵੀ ਜੇ ਬੋਲੇ ਤਾਂ ਪੇਮੈਂਟ ਮਰੂਗੀ ਤੇ ਪੇਮੈਂਟ ਮਰੂਗੀ ਤੇ ਸਾਡਾ ਕੀ ਬਣੂਗਾ ਮਤਲਬ ਕਿ ਫਿਰ ਸਾਰਾ ਕੁਝ ਯਾਦ ਆ ਜਾਂਦਾ ਵੀ ਉਹਦੇ ਕਰਕੇ ਫਿਰ ਸੈਂਡ ਕਰਨਾ ਪੈਂਦਾ ਲੇਕਿਨ ਉਦੋਂ ਹੁੰਦਾ ਸੀ ਮੈਂ ਕਿ ਵੀ ਤੇ ਬਸ ਨਹੀਂ ਹੁੰਦਾ ਹੁਣ ਸੈਂਡ ਤੇ ਇੱਕ ਅੱਧੀ ਵਾਰ ਜਦੋਂ ਪੇਮੈਂਟ ਕੋਈ ਦੱਬ ਲੈਂਦਾ ਸੀ ਪਾਰਟੀ ਵਾਲੇ ਪੇਮੈਂਟ ਦੱਬ ਲੈਂਦੇ ਸੀ ਜਿਵੇਂ ਉਹਨਾਂ ਦੇ ਕਹੇ ਤੋਂ ਨਹੀਂ ਚੱਲਿਆ ਸੀ ਉਹਨਾਂ ਦੇ ਕਹਿਣ ਤੋਂ ਅਸੀਂ ਸਟੇਜ ਤੇ ਨਹੀਂ ਆਏ ਤੇ ਉੱਥੇ ਪੇਮੈਂਟ ਹੀ ਰੋਕ ਲੈਂਦੇ ਸੀ ਕਿ ਬਈ ਅਸੀਂ ਕੁੜੀ ਨੂੰ ਬਾਰ-ਬਾਰ ਬੁਲਾ ਰਹੇ ਸੀ ਆਈ ਨਹੀਂ ਮਤਲਬ ਡਰਿੰਕ ਕਰਕੇ ਉਹਨਾਂ ਨੂੰ ਇੱਕ ਜਿਹੜੀ ਲਹਿਜੀ ਬੰਦ ਜਾਂਦੀ ਆ ਕਿ ਬਈ ਭੇਜੋ ਭੇਜੋ ਕੁੜੀ ਨੂੰ ਤੇ ਉਦੋਂ ਸਾਡਾ ਟਾਈਮਿੰਗ ਵੀ ਨਹੀਂ ਹੁੰਦਾ ਲੇਕਿਨ ਫਿਰ ਵੀ ਇੱਕ ਬੰਦਾ ਇੱਕ ਜਿੱਦ ਜੀ ਕਰ ਲੈਂਦਾ ਬਈ ਆ ਕੁੜੀ ਨੂੰ ਭੇਜੋ ਤਾਂ ਭੇਜੋ ਕਿਵੇਂ ਵੀ ਕਰਕੇ ਤੇ ਬਸ ਉੱਥੋਂ ਮਨ ਜਾਂ ਬਹੁਤ ਦੁਖੀ ਹੁੰਦਾ ਸੀ ਕਿ ਭਾਈ ਸਾਡੀ ਵੀ ਤਾਂ ਲਾਈਫ ਆ ਅਸੀਂ ਆਪਣੀ ਲਾਈਫ ਦਾ ਡਿਸੀਜਨ ਆਪ ਨਹੀਂ ਲੈ ਸਕਦੇ ਦੇਖੋ ਲੋਕ ਸਾਨੂੰ ਜੱਜ ਕਰ ਰਹੇ ਨੇ ਤੇ ਬਸ ਉਦੋਂ ਹੀ ਦਿਲ ਦੁਖਦਾ ਹੁੰਦਾ ਸੀ ਬਹੁਤ ਤੇ ਮੀਤ ਭਾਈ ਆ ਭੈਣੇ ਕੁਝ ਜਾਂਦੇ ਜਾਂਦੇ ਕਹਿਣਾ ਚਾਹੁੰਦੇ ਹਾਂ ਉਹ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਬਸ ਹੁਣ ਤਾਂ ਐਸੇ ਨੈਗੇਟਿਵ ਸੋਚ ਸੀ ਜਿਹੜੀ ਉਹਨਾਂ ਦੀ ਚੇਂਜ ਹੋ ਚੁੱਕੀ ਹੈ ਸਾਡੀਆਂ ਕਾਫੀ ਇੰਟਰਵਿਊਜ਼ ਹੋ ਗਈਆਂ ਹਨਾ ਕਿਉਂ ਸਾਡੀ ਲਾਈਨ ਨੂੰ ਹਰ ਇੱਕ ਪਹਿਲਾਂ ਮਾੜੀ ਨਿਗਾਹ ਨਾਲ ਦੇਖਦਾ ਸੀ ਬਟ ਹਾਰਿਕ ਨੂੰ ਮਾੜਾ ਕਹਿੰਦਾ ਸਾਡੀ ਲਾਈਨ ਨੂੰ ਤਾਂ ਹਮੇਸ਼ਾ ਕਹਿੰਦਾ ਯਾਰ ਇਹ ਤਾਂ ਕੰਜਲ ਬਿੱਤਾ ਨੇ ਹਣਾ ਲਾਈਨ ਅਸੀਂ ਇਹ ਕਹਿੰਨੇ ਆ ਵੀ ਪਹਿਲਾਂ ਸਾਡਾ ਪੇਜ ਖੋਲੋ ਪਹਿਲਾਂ ਪਰਫਾਰਮ ਦੇਖੋ ਕਹਿੰਦੇ ਨਾ ਕਿਸੇ ਨੂੰ ਕਮੈਂਟ ਕਰਨ ਲੱਗੇ ਪਹਿਲਾਂ ਉਹਨੂੰ ਸੋਚੋ ਵੀ ਇਹ ਕਿੱਦਾਂ ਦਾ ਹੋਊਗਾ ਜਾਂ ਇਹਦੀ ਬੈਕਗ੍ਰਾਉਂਡ ਕੀ ਆ ਜਾਂ ਇਹ ਕਿੱਦਾਂ ਨੇ ਜਰੂਰੀ ਨਹੀਂ ਹੁੰਦਾ ਜੀ ਕਿ ਮਤਲਬ ਸਾਰੇ ਹੀ ਗਲਤ ਹੋਣ ਕਿਉਂਕਿ ਇੱਕ ਹੱਥ ਦੀ ਪੰਜ ਉਂਗਲ ਇੱਕੋ ਸਾਰ ਨਹੀਂ ਹੁੰਦੀ ਭਾਵੇਂ ਤੁਸੀਂ ਆਪਣਾ ਦੇਖ ਲਓ ਮੇਰਾ ਦੇਖ ਲਓ ਤੇ ਜ਼ਰੂਰੀ ਨਹੀਂ ਹੈਗਾ ਇੱਕ ਫੀਲਡ ਦੇ ਵਿੱਚ ਸਾਰੇ ਬੰਦੇ ਗਲਤ ਹੋਣ ਜਾਂ ਇੱਕ ਫੀਲਡ ਦੇ ਵਿੱਚ ਸਾਰੇ ਹੀ ਬੰਦੇ ਠੀਕ ਹੋਣ ਤੇ ਅੱਜ ਦੇ ਟਾਈਮ ਤੇ ਕਿਸੇ ਵੀ ਫੀਲਡ ਦੇ ਵਿੱਚ ਕੁੜੀ ਸੇਫ ਨਹੀਂ ਹੁੰਦੀ ਭਾਵੇਂ ਕੋਈ ਵੀ ਫੀਲਡ ਹੋਵੇ ਕੋਈ ਬੈਂਕ ਫੀਲਡ ਹੋਵੇ ਕੋਈ ਕੰਪਨੀ ਚ ਜੌਬ ਕਰ ਰਹੀ ਆ ਆਈ ਮੀਨ ਕਿਤੇ ਵੀ ਤੇ ਇਹ ਤਾਂ ਫੀਲਡ ਵੀ ਵੈਸੇ ਓਪਨ ਹੀ ਆ ਬਿਲਕੁਲ ਤੇ ਸਾਡੇ ਚਲੋ ਲੋਕ ਸਾਡੇ ਵਾਲੀ ਤੇ ਕਮੈਂਟ ਕਰ ਦਿੰਦੇ ਸਾਡੀ ਵੀਡੀਓ ਦੇਖ ਕੇ ਕਮੈਂਟ ਕਰ ਦਿੰਦੇ ਆ ਕੱਪੜਿਆਂ ਨੂੰ ਦੇਖ ਕੇ ਜੱਜ ਕਰ ਦਿੰਦੇ ਆ ਲੇਕਿਨ ਕੱਪੜੇ ਦੇ ਵਿੱਚ ਕਿਸੇ ਦਾ ਕੈਰੈਕਟਰ ਨਹੀਂ ਹੁੰਦਾ ਤੇ ਦੂਜੀ ਗੱਲ ਤੇ ਕੁੜੀਆਂ ਵਾਲੀ ਗੱਲ ਆ ਕਿ ਬਈ ਕੁੜੀ ਕਿਸੇ ਵੀ ਪਾਸੇ ਸੇਫ ਹੈਗੀ ਨਹੀਂ ਅੱਜ ਦੇ ਟਾਈਮ ਤੇ ਲੇਕਿਨ ਅਸੀਂ ਇੱਕ ਇੱਕੀ ਗੱਲ ਕਹਿੰਨੇ ਆ ਕਿ ਤੁਸੀਂ ਬੰਦੇ ਨੂੰ ਇੱਕ ਵਾਰੀ ਦੇਖਿਆ ਕਰੋਗੇ ਬਈ ਬੰਦਾ ਕਿੱਦਾਂ ਦਾ ਹੈਗਾ ਉਹ ਉਹਦੇ ਮਤਲਬ ਕਿੱਦਾਂ ਦੇ ਸਿਚੁਏਸ਼ਨ ਤੋਂ ਨਿਕਲ ਕੇ ਆਇਆ ਹੈ ਕਿਦਾਂ ਦਾ ਕੰਮ ਕਰ ਰਿਹਾ ਜਿਵੇਂ ਹੁਣ ਸਾਡਾ ਅਸੀਂ ਪਿਓਰ ਪਿਓਰ ਫੋਕਲਚਰ ਕੰਮ ਕਰਦੇ ਆ ਫੋਕ ਬਿਲਕੁਲ ਓਨਲੀ ਡ्रेसेस ਨੇ ਸਾਡੀਆਂ ਜਿਹੜੀਆਂ ਕੰਪਲੀਟਸ ਹੁੰਦੀਆਂ ਨੇ ਸਾਫ਼ ਸੁਥਰੀਆਂ ਹੁੰਦੀਆਂ ਨੇ ਹੈਨਾ ਤੇ ਦੇਖਣ 'ਚ ਵੀ ਵਧੀਆ ਲੱਗਦਾ ਤੁਸੀਂ ਇਹ ਦੇਖ ਲਓ ਵੀ ਨਾ ਸਾਨੂੰ ਅਮਰ ਧਾਰੀ ਲੋਕ ਅਮਰ ਸ਼ਕਿਆ ਹੈ ਨਾ ਜਿਹੜੇ ਵਾਹਿਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਹਨਾ ਉਹਨਾਂ ਦਾ ਸਾਡੀ ਲਾਈਨ ਨਾਲ ਕੋਈ ਟੱਚ ਨਹੀਂ ਨਹੀਂ ਹੈਗਾ ਅੱਜ ਦੀ ਘੜੀ ਸਾਨੂੰ ਉਹਨਾਂ ਦੇ ਕਾਲਸ ਆਉਂਦੇ ਆ ਨੇ ਕਹਿੰਦੇ ਬੇਟਾ ਤੁਸੀਂ ਬਹੁਤ ਸੋਨਾ ਕੰਮ ਕਰਦੇ ਹੋ ਵੀ ਸਾਨੂੰ ਪਿਆਰ ਤੁਸੀਂ ਸਬਿਆਚਾਰਕ ਨੂੰ ਸਾਂਭ ਰਹੇ ਹੋ ਮਤਲਬ ਤੇ ਅਸੀਂ ਇਹ ਸੋਚਿਆ ਹੀ ਹੋਇਆ ਵੀ ਇੱਕ ਦਿਨ ਸਾਡੀ ਲਾਈਨ ਨੂੰ ਜਿਹੜੇ ਲੋਕ ਮਾੜਾ ਕਹਿੰਦੇ ਨੇ ਉਹਨਾਂ ਤੋਂ ਹੀ ਚੰਗਾ ਖਾਹਾਵਾਂਗੇ ਮਤਲਬ ਕੋਸ਼ਿਸ਼ ਕਰ ਰਹੇ ਆ ਅੱਗੇ ਤਾਂ ਲੋਕ ਲੋਕਾਂ ਦੀ ਸੋਚ ਆ ਵੱਖ-ਵੱਖ ਹਨਾ ਉਹਨਾਂ ਨੇ ਕੀ ਸੋਚਣਾ ਪਸ ਸੁਪਨੇ ਨੇ ਛੋਟੇ-ਛੋਟੇ ਜਹਾਜ਼ਾਂ ਦੇ ਚੜਨ ਵਾਲੇ ਹੋਰ ਘਰ-ਬਾਰ ਵਾਲੇ ਹਨਾ ਉਹ ਪੂਰੇ ਕਰਨੇ ਨੇ ਉਹ ਪੂਰੇ ਕਰਨੇ ਨੇ ਖੁਸ਼ ਰੱਖਣਾ ਹੂੰ ਤੇ ਬਈ ਇੱਥੇ ਆਖਰੀ ਸਵਾਲ ਮੈਂ ਡਾਕੂਮੈਂਟ ਹੋਰ ਲਵਾਂਗਾ ਕਿ ਇਹ ਲਾਈਨ ਦੇ ਵਿੱਚ ਜਿੰਨਾ ਟਾਈਮ ਤੁਸੀਂ ਜਵਾਨੀ ਦੇ ਵਿੱਚ ਹੋ ਜਾਂ ਚਮਕ-ਦਮਕ ਦੇ ਵਿੱਚ ਉਹਨਾਂ ਟਾਈਮ ਤੁਸੀਂ ਸੋਣਾ ਹਨਾ ਜਦੋਂ ਤੁਹਾਡੀ ਜਵਾਨੀ ਢਲਣ ਲੱਗ ਗਈ ਜਾਂ ਤੁਹਾਡੇ ਤੇ ਬੜੇ ਪਾ ਆ ਗਏ ਉਹਦੋਂ ਕੋਈ ਨਹੀਂ ਪੁੱਛਦਾ ਤੇ ਅੱਗੇ ਦਾ ਫਿਊਚਰ ਕੀ ਸੋਚਿਆ બસ ਇਹੀ ਹੈ ਵੀ ਇਸ ਟਾਈਮ ਅਸੀਂ ਇੰਨਾ ਕ ਵੀ ਆਪਣੇ ਆਪ ਨੂੰ ਪਹਿਲੀ ਗੱਲ ਦਾ ਫੈਮਲੀ ਐਨੂੰ ਸੈੱਟ ਕਰਨਾ ਹਨਾ ਮੰਮੀ ਡੈਡੀ ਘਰ ਪਾਉਣਾ ਕਾਸਲ ਦਾ ਅਸੀਂ ਆਪ ਸੈੱਟ ਹੋਣਾ ਤੇ ਬਾਹਰ ਦੇ ਸੋਚਿਆ ਵੀ ਟੂਟਰ ਲੱਗਣ ਹਨਾ ਬਾਹਰ ਸੈੱਟ ਹੋ ਜਾਈਏ ਕਿਉਂਕਿ ਸਾਡੀ ਲਾਈਨ ਹੈ ਜਿਹੜੀ ਉਹ ਹਰ ਵਾਰ ਇੱਕ ਨਵਾਂ ਚਿਹਰਾ ਦੇਖਣ ਦੀ ਬਿਲਕੁਲ ਚਾਹਤਾ ਹਨਾ ਉਹ ਕਹਿੰਦੇ ਆ ਵੀ ਰੈਗੂਲਰ ਅਸੀਂ 4 ਸਾਲਾਂ ਤੋਂ ਚੱਲ ਰਿਹਾ 500 5 ਤੋਂ ਚੱਲ ਰਹੇ ਆ ਲੋਕ ਕੀ ਕਹਿੰਦੇ ਆ ਵੀ ਯਾਰ ਕੁਝ ਟੇਸਟ ਚੇਂਜ ਕਰਕੇ ਦਿਖਾਓ ਇਹਦਾ ਦੇਖਦੀ ਆ ਹਨਾ ਉਹ ਗੱਲਾਂ ਵੀ ਸਾਡੀ ਲਾਈਨ ਹੱਦ 5 ਸਾਲ ਕੰਮ ਕਰ ਲਾਂਗੇ 4 ਸਾਲ ਕਰ ਲਾਂਗੇ ਉਸ ਤੋਂ ਬਾਅਦ ਸੋਚਿਆ ਵੀ ਆਪਦਾ ਬਿਜ਼ਨਸ ਕਰਕੇ ਛੋਟਾ ਜਾ ਬੈਠ ਜਾਾਂਗੇ ਜਿੱਥੋਂ ਦਸੇ ਨੂੰ ਆਉਂਦੀ ਕਮਾਈ ਹੁੰਦੀ ਰਹੀ ਹੈ ਕੀ ਬਾਤ ਹੈ ਇਹ ਬਹੁਤ ਸਮਾਂ ਦਿੱਤਾ ਭੈਣੇ ਬਹੁਤ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੋ ਇਹ ਸਾਡੇ ਨਾਲ ਵੀ ਤੇ ਕਾਜਲ ਦੀ ਜੋੜੀ ਸੀ ਜੀ ਜੀ ਤੁਹਾਨੂੰ ਇੰਟਰਵਿਊ ਦਿਖਾਈ ਕਿ ਪਿੱਛੇ ਦੇ ਪਰਦੇ ਦੀ ਕਹਾਣੀ ਕੀ ਰਹਿੰਦੀ ਹੈ ਦੋਨਾਂ ਦੀ ਕਹਾਣੀ ਕੀ ਰਹਿੰਦੀ ਹੈ ਕਿੱਤਾ ਕਿਉਂ ਛੋੜਨਾ ਪੈਂਦਾ ਕਿਸੇ ਦਾ ਵੀ ਸ਼ੌਂਕ ਨਹੀਂ ਕਰਦਾ ਹੁੰਦਾ ਕਿ ਕਿੱਤਾ ਚੁਣਿਆ ਜਾਵੇ ਪਰ ਪਿੱਛੇ ਦੀਆਂ ਮਜਬੂਰੀਆਂ ਜਾਂ ਘਰ ਦੀਆਂ ਮਜਬੂਰੀਆਂ ਤੱਕ ਇਹ ਮਜਬੂਰ ਕਰ ਦਿੰਦੀਆਂ ਨੇ ਕਿ ਲੋਕਾਂ ਦੇ ਸਾਹਮਣੇ ਸਟੇਜ ਦੇ ਉੱਤੇ ਖੜਕੇ ਨੱਚਿਆ ਜਾਵੇ ਤੁਸੀਂ ਆਪਣੀ ਸੋਚ ਬਦਲੋ ਸਾਡੇ ਸਮਾਜ ਦੇ ਕੁਝ ਲੋਕ ਐਸੇ ਨੇ ਜਿਹੜੇ ਕੁੜੀਆਂ ਜਦੋਂ ਸਟੇਜ ਤੇ ਨੱਚਦੀਆਂ ਨੇ ਤਾਂ ਗਲਤ ਕਮੈਂਟ ਕਰਦੇ ਆ ਜਾਂ ਗਲਤ ਨਿਗਾਹ ਰੱਖਦੇ ਆ ਤੁਸੀਂ ਆਪਣੀ ਸੋਚ ਬਦਲੋ ਕਿਉਂਕਿ ਧੀਆਂ ਤੇ ਭੈਣਾਂ ਸਾਡੇ ਘਰਾਂ ਦੇ ਵਿੱਚ ਵੀ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਇੰਟਰਵਿਊ ਕਿਵੇਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕੈਂਟ ਪੰਜਾਬੀ